ਨੀਮ ਹਕੀਮ ਖਤਰਾ ਇਹ ਜਾਨ ਇਸ ਧਾਰਨਾ ਨੂੰ ਤੋੜਨ ਦੇ ਲਈ ਤੁਸੀਂ ਕੀ ਕਰਦੇ ਹੋ ਅੱਜ ਮਤਲਬ 3 ਲੱਖ ਤੋਂ ਵੱਧ ਲੋਕਾਂ ਨੂੰ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਚ ਕਾਮਯਾਬ ਹੋਏ ਆ ਔਰ 3000 ਤੋਂ ਵੱਧ ਆਪਣੇ ਪੰਜਾਬ ਚ ਵਲੰਟੀਅਰ ਨੇ ਮੁੰਡੇ ਜਿਹੜੇ ਮਤਲਬ ਸਾਈਲੈਂਟ ਨੇ ਜਿਹੜੇ ਕਹਿੰਦੇ ਨੇ ਗੁਇਲ ਸਾਹਿਬ ਤੁਸੀਂ ਦੱਸੋ ਕਰਨਾ ਕੀ ਹੈ ਕਿਵੇਂ ਨਸ਼ਾ ਛੁੱਟੂਗਾ ਬਾਕੀ ਲੋਕਾਂ ਦਾ ਤੁਸੀਂ ਅਸੀਂ ਤੁਹਾਡੇ ਨਾਲ ਆ ਧਾਰਨਾ ਇਹ ਬਣੀ ਹੋਈ ਆ ਵੀ ਜੇਕਰ ਤੁਸੀਂ ਨਸ਼ਾ ਛਡਾਊ ਕੇਂਦਰ ਚ ਲੈ ਗਏ ਕਿਤੇ ਵੀ ਤਾਂ ਫਿਰ ਉਹ ਗੋਲੀ ਦੇ ਆਦੀ ਹੋ ਜਾਂਦੇ ਆ ਫੇਰ ਉਹ ਗੋਲੀ ਨਹੀਂ ਛੁੱਟਦੀਗੀ ਉਹ ਕਹਿਣਗੇ ਗੋਇਲ ਸਾਹਿਬ ਗਰੰਟੀ ਆ ਮੁੰਡਾ ਸਾਡਾ ਨਸ਼ਾ ਛੱਡ ਦੂ ਮੈਂ ਕਹਿੰਦਾ ਨਾ ਸਾਡੀਆਂ ਸਿਰਫ ਤਿੰਨ ਗਰੰਟੀ ਆ ਇੱਕ ਤਾਂ ਇਹ ਸਰੀਰਕ ਪੱਖੋਂ ਡਾਊਨ ਨਹੀਂ ਹੁੰਦਾ ਇੱਕ ਆਪਦੀ ਗ੍ਰਸਤ ਜੀਵਨ ਵੱਲੋਂ ਡਾਊਨ ਨਹੀਂ ਹੁੰਦਾ ਦੂਜਾ ਇਹਨੂੰ ਨਾ ਕੋਈ ਤੋੜ ਲੱਗੇ ਨਾ ਨਸ਼ੇ ਦੀ ਲੋੜ ਲੱਗੇ ਸਾਡੀ ਦਵਾਈ ਤੋਂ ਬਾਅਦ ਇੱਕ ਡੋਜ਼ ਉਹਨੂੰ ਦੇਣੀ ਆ ਚਾਰ ਦਿਨ ਦੀ ਦਵਾਈ ਅਸੀਂ ਉਹਨੂੰ ਦੇ ਕੇ ਭੇਜ ਦਿੰਨੇ ਆ ਚੌਥੇ ਦਿਨ ਹੁੰਦਾ ਉਹਨਾਂ ਦਾ ਜਿਹੜਾ ਪੁੱਤ ਹੁੰਦਾ ਸਾਡਾ ਬਣ ਚੁੱਕਿਆ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਗੱਲਬਾਤ ਹੈਗੀ ਆ ਅੱਜ ਤੱਕ ਡੈਨਾਸਾਬ ਕਿਸੇ ਇੱਕ ਨੂੰ ਵੀ ਦਾਖਲ ਨਹੀਂ ਕੀਤਾ ਪਰ ਬਿਨਾਂ ਦਾਖਲ ਕੀਤੇ ਘਰ ਬੈਠੇ ਬਿਠਾਏ ਲੱਖਾਂ ਮਾਵਾਂ ਦੇ ਪੁੱਤ ਬਚਾਉਣ ਤੇ ਹੈਲਪ ਕੀਤੀ ਗਈ ਆ ਔਰ ਇਹ ਹੈਲਪ ਸਿਰਫ ਆਯੁਰਵੈਦਿਕ ਸਿਸਟਮ ਦੇ ਨਾਲ ਇੱਕ ਵੀ ਰਤੀ ਪਰ ਕੋਈ ਮਤਲਬ ਸਾਡੀਆਂ ਦਵਾਈਆਂ ਨੂੰ ਲੈਬ ਟੈਸਟ ਕਰਾਉਣ ਵਾਲੇ ਬਹੁਤ ਆਏ ਨੇ ਚਿੱਟੇ ਤੋਂ ਖਿਹੜਾ ਕਿੰਨੀ ਦੇਰ ਦੇ ਵਿੱਚ ਛਡਵਾ ਦੇਉਗੇ ਜਿਹੜਾ ਚਿੱਟਾ ਉਹ ਤੋਂ ਖਿਹੜਾ ਤਾਂ ਅਸੀਂ 2 ਦਿਨਾਂ 'ਚ ਛਡਾ ਲਈਦਾ ਸਾਡੀ ਦਵਾਈ ਤੋਂ 2 ਮਹੀਨੇ 'ਚ ਖਿਹੜਾ ਛੁੱਟਦਾ ਥੋੜੇ ਤਾਂ ਕੋਈ ਸਰਕਾਰ ਤਾਂ ਨਹੀਂ ਕਾਰਵਾਈ ਕਰਦੀ ਵੀ ਸਾਡੇ ਮਾਲੀਏ ਦਾ ਨੁਕਸਾਨ ਕਰਦੇ ਆ ਨਾ ਨਾ ਮੈਂ ਨਹੀਂ ਕਿ ਸਰਕਾਰ ਨੂੰ ਕੁਝ ਵੀ ਨਹੀਂ ਕਹਿੰਦਾ ਸਰਕਾਰ ਦੇਖੋ ਮੇਰੀ ਗੱਲ ਸੁਣੋ ਸਰਕਾਰ ਦੇ 1 ਲੱਖ ਠੇਕੇ ਅਸੀਂ ਇਕੱਲੇ ਹੀ ਚਲਾਉਣ ਵਾਲੇ ਸਾਡੀ ਕੀ ਆ ਊਠ ਦੇ ਮੂੰਹ ਚ ਜੀਰੇ ਚ ਦੀ ਕੈਸੀ ਆ ਤਾਂ ਮੇਰੇ ਕੋਲੇ ਕੋਈ ਆਵੇ ਜੀ ਕਹਵੇ ਜੀ ਕਿ ਭਾਈ ਸਾਡਾ ਧੀ ਪੋਤਾ ਜਿਹੜਾ ਉਹ ਨਸ਼ੇ ਦਾ ਆਦੀ ਆ ਜੀ ਤੇ ਤੁਸੀਂ ਇੰਟਰਵਿਊ ਕੀਤੀ ਸੀ ਡਾਕਟਰ ਗੋਇਲ ਸਾਹਿਬ ਦੀ ਹਮ ਤੇ ਉਹਨਾਂ ਦੇ ਕੋਲੇ ਭੇਜ ਕੇ ਨਸ਼ਾ ਛਡਵਾ ਕੇ ਤਾਂ ਦਿਖਾਓ ਬਿਲਕੁਲ ਤੇ ਮੈਂ ਦਾਵਾ ਕਰਦੇ ਆ ਵੀ ਭਾਈ ਛੱਡ ਦੂ ਮੈਗਨੇਟਾਈਟ ਪੱਥਰ ਤੇ ਲਕੀਰ ਖਿੱਚਦੇ ਹੋ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਨਸ਼ਾ ਛੁੱਟੂਗਾ ਔਰ ਤੁਸੀਂ 4 ਦਿਨ ਦੀ ਦਵਾਈ ਉਹਨਾਂ ਨੂੰ ਕਹਦੇ ਹੋ ਖਾ ਲਿਓ 5ਵੇਂ ਦਿਨ ਕਹਿੰਦੇ ਫਿਰ ਟੈਣੇ ਦੀ ਗਰੰਟੀ ਦੀ ਲੋੜ ਨਹੀਂ ਤੁਸੀਂ ਆਪੇ ਰੌਲਾ ਪਾਉਂਦੇ ਫਿਰੋਗੇ ਵੀ ਇੱਥੇ ਹੀ ਚੱਲਣਾ ਇੱਥੇ ਹੀ ਜਾਣਾ ਇੱਕ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਅਜੀਤ ਮਾ ਬੀ ਟੀਵੀ ਤੇ ਜਦੋਂ ਅੱਜ ਸਿਹਤ ਦੀ ਗੱਲ ਕਰਦੇ ਆ ਤਾਂ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਆ ਹਰ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੰਦਰੁਸਤ ਰਹੇ ਇਹਦੀ ਅਸੀਂ ਕਾਮਨਾ ਕਰਦੇ ਸਾ ਹਾਂ ਤੇ ਰਹਾਂਗੇ ਕਿਉਂਕਿ ਬਾਕੀ ਕੰਮ ਨੇ ਬਾਅਦ ਚ ਜਦੋਂ ਸਿਹਤ ਦੀ ਗੱਲ ਕਰਨੇ ਉਦੋਂ ਹਸਪਤਾਲ ਚ ਇਤੇ ਆਉਂਦੇ ਆ ਹਸਪਤਾਲ ਦੇ ਨਾਲ ਨਾਲ ਅੱਜ ਕੱਲ੍ਹ ਆਯੁਰਵੈਦਿਕ ਸੈਂਟਰ ਚ ਇਤੇ ਆਉਂਦੇ ਆ ਜਦੋਂ ਆਯੁਰਵੈਦਿਕ ਸੈਂਟਰ ਚ ਇਤੇ ਆਉਂਦੇ ਆ ਉਦੋਂ ਕੁਝ ਇੱਕ ਗੱਲਾਂ ਕੁਝ ਇੱਕ ਧਾਰਨਾਵਾਂ ਬਣੀਆਂ ਹੁੰਦੀਆਂ ਜੀ ਕਿ ਇਹ ਤਾਂ ਸਿਰਫ ਫਲਾਣੀ ਦਵਾਈ ਹੀ ਦਿੰਦੇ ਆ ਤਾਂ ਫਲਾਣੀ ਦਵਾਈ ਹੀ ਦਿੰਦੇ ਆ ਪਰ ਕੁਝ ਇੱਕ ਈਵੇਂ ਨਹੀਂ ਉਹਨਾਂ ਦਾ ਪ੍ਰਚਾਰ ਅਸੀਂ ਇਹ ਵੀ ਦੇਖਦੇ ਆ ਕਿ ਭਾਈ ਫਲਾਣੇ ਸੈਂਟਰ ਦੇ ਉੱਤੇ ਫਲਾਣੇ ਆਯੁਰਵੈਦਿਕ ਕੇਂਦਰ ਦੇ ਉੱਤੇ ਨਸ਼ਾ ਛੁਡਾਇਆ ਜਾਂਦਾ ਫਲਾਣੀ ਥਾਂ ਦੇ ਉੱਤੇ ਗੋਡਾ ਦੀ ਸਮੱਸਿਆ ਖਤਮ ਕੀਤੀ ਜਾਂਦੀ ਹੈ ਫਲਾਣੀ ਥਾਂ ਦੇ ਉੱਤੇ ਆ ਦਵਾਈ ਤੇ ਫਲਾਣੀ ਥਾਂ ਦੇ ਉੱਤੇ ਆ ਦਵਾਈ ਹਾਲਾਂਕਿ ਮੈਨੂੰ ਇਸ ਗੱਲ ਦਾ ਵੀ ਇਲਮ ਹੈ ਵੀ ਸਿਆਣੇ ਕਹਿੰਦੇ ਆ ਕਿ ਨੀਮ ਹਕੀਮ ਖਤਰਾ ਏ ਜਾਨ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਸੁਭਾਸ਼ ਗੋਇਲ ਸਾਹਿਬ ਜਿਹੜੇ ਕਿ ਵਰਦਾਨ ਆਯੁਰਵੈਦਿਕ ਤੋਂ ਨੇ ਚੰਡੀਗੜ੍ਹ ਤੋਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਵੀ ਨਸ਼ਾ ਛਡਾਉਣ ਦੇ ਢੰਗ ਤਰੀਕੇ ਦੱਸਦੇ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਨੂੰ ਦੇਖਿਆ ਹੋਊਗਾ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕਰਦੇ ਆ ਮਨ ਦੇ ਵਿੱਚ ਕਈ ਵਾਰ ਕਈ ਤਰ੍ਹਾਂ ਦੇ ਤੋਖਲੇ ਪੈਦਾ ਹੁੰਦੇ ਵੀ ਕੀ ਸਾਡਾ ਕੋਈ ਪਰਿਵਾਰਕ ਜੀ ਜਿਹੜਾ ਕਿ ਇੰਨੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਹੈ ਉਹ ਸੱਚੀ ਮੁੱਚ ਛੱਡ ਦਊਗਾ ਕੀ ਜਿਹੜਾ ਕਿ ਫਲਾਣਾ ਸਾਡਾ ਪਰਿਵਾਰਕ ਮੈਂਬਰ ਇੰਨੇ ਲੰਮੇ ਸਮੇਂ ਤੋਂ दारू ਪੀਂਦਾ ਹੈ ਇਹ ਛੱਡ ਦਊਗਾ ਚਿੱਟਾ ਛੱਡਿਆ ਜਾ ਸਕਦਾ ਕਿਉਂਕਿ ਚਿੱਟੇ ਨੇ ਪੰਜਾਬ ਦਾ ਭਵਿੱਖ ਕਾਲਾ ਵੀ ਕੀਤਾ ਕੋਈ ਮੰਨੇ ਜਾਂ ਨਾ ਮੰਨੇ ਮੈਂ ਕੱਲ ਹੀ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਫਤੂਹੀ ਵਾਲਾ ਪਿੰਡ ਦੀ ਇੱਕ ਔਰਤਾ ਉਹਦੇ ਤਿੰਨ ਕੜੀ ਵਰਗੇ ਪੁੱਤ ਚੌਥੀ ਗਨਣਾ ਦੇ ਵਿੱਚ ਦੋ ਪੁੱਤ 나ੜਾਂ ਦੇ ਵਿੱਚ ਟੀਕੇ ਲਾਉਣ ਕਰਕੇ ਮੁੱਕ ਗਏ ਤੇ ਤੀਜਾ ਪੁੱਤ 17 ਸਾਲ ਦਾ ਉਹ ਵੀ 나ੜ ਦੇ ਵਿੱਚ ਟੀਕੇ ਲਾਉਂਦਾ ਪਤਾ ਨਹੀਂ ਕੀ ਬਣੂਗਾ ਤੇ ਪਤਾ ਨਹੀਂ ਕਿੰਨੇ ਘਰਾਂ ਦੀ ਇਹ ਕਹਾਣੀਆਂ ਡਾਕਟਰ ਸੁਭਾਸ਼ ਗੋਇਲ ਸਾਹਿਬ ਦਾ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਤੇ ਫਿਰ ਕਰਾਂਗੇ ਅਗਲੀ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੈਨਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਦੋਂ ਨਾ ਅਸੀਂ ਤੁਹਾਨੂੰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਮਨ ਦੇ ਵਿੱਚ ਸਵਾਲ ਜੇ ਪੈਦਾ ਹੋਣ ਲੱਗ ਜਾਂਦੇ ਗੁਸਤਾਖੀ ਲਈ ਮਾਫੀ ਪਹਿਲਾਂ ਹੀ ਹਾਂ ਹਾਂ ਵਿਚਿਤ ਨਹੀਂ ਕਰਦਾ ਕਈ ਵਾਰ ਵੀ 100% ਦੀ ਯਕੀਨ ਕਰੀਏ ਆਯੁਰਵੇਦਿਕ ਜੀ ਦੇ ਨਾਲ ਜੁੜੇ ਹੋਏ ਲੋਕਾਂ ਤੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਉੱਤੇ ਪਰਮਾਰੀ ਅਸੀਂ ਆ ਅਖੇ ਜੀ ਪਾਣੀ ਤੁਸੀਂ 15 ਮਿੰਟਾਂ ਦੇ ਵਿੱਚ ਇੱਕ ਗਲਾਸ ਪੀਓ ਤੇ ਸਿਹਤ ਫੇਰ ਠੀਕ ਹੋਊਗੀ ਕੋਈ ਕਹਿੰਦਾ ਜੀ ਇੰਉਂ ਕਰੋ ਤੇ ਫਿਰ ਤੁਸੀਂ ਆਏ ਹੋ ਜਾਓਗੇ ਕੋਈ ਕਹਿੰਦਾ ਐ ਹਰ ਕੋਈ ਜਾਣਕਾਰੀ ਦੇ ਰਿਹਾ ਨੀਮ ਹਕੀਮ ਖਤਰਾ ਇਹ ਜਾਨ ਇਸ ਧਾਰਨਾ ਨੂੰ ਤੋੜਨ ਦੇ ਲਈ ਤੁਸੀਂ ਕੀ ਕਰਦੇ ਹੋ ਅਸੀਂ ਨਾ ਡੈਨਾ ਸਾਬ 1992 ਦੇ ਵਿੱਚ ਸਟਾਰਟ ਕੀਤਾ ਸੀਗਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰੂੰਗਾ 1992 ਦੇ ਵਿੱਚ ਅਸੀਂ ਆਯੁਰਵੈਦਿਕ ਸਿਸਟਮ ਦੇ ਵਿੱਚ ਕੰਮ ਸ਼ੁਰੂ ਕੀਤਾ ਚੰਡੀਗੜਾ ਆ ਕੇ ਮੇਰਾ ਸ਼ਹਿਰ ਮਲੇਰਗੋਟਲਾ ਬਹੁਤ ਛੋਟੇ ਜਿਹੇ ਸ਼ਹਿਰ ਚੋਂ ਮੈਂ ਉੱਠ ਕੇ ਚੰਡੀਗੜਾ ਆਇਆ ਸਿਰਫ ਇਹ ਸੋਚ ਕੇ ਆਇਆ ਸੀ ਵੀ ਮੈਂ ਹੋਰ ਤੇ ਕੁਝ ਕਰ ਨਹੀਂ ਸਕਿਆ ਭਗਤ ਸਿੰਘ ਵਰਗੇ ਆਪਦਾ ਕੰਮ ਕਰ ਗਏ ਫੌਜੀ ਆਪਦਾ ਕਰਦੇ ਆ ਪੁਲਿਸ ਵਾਲੇ ਆਪਣਾ ਕਰਦੇ ਆ ਪਰ ਮੇਰਾ ਮਨ ਸੀ ਕਿ ਮੈਂ ਲੋਕਾਂ ਨੂੰ ਨਸ਼ੇ ਚੜਾਉਣੇ ਆ ਕਿਵੇਂ ਕਰਾਂ ਤੇ ਮੈਂ ਆਪਣੀ ਕਰਮ ਭੂਮੀ ਬਣਾਇਆ ਫਿਰ ਚੰਡੀਗੜ੍ਹ ਵਰਗੇ ਸ਼ਹਿਰ ਨੂੰ ਜਿੱਥੇ ਮੈਨੂੰ ਪਤਾ ਸੀਗਾ ਵੀ ਇੱਕ ਬਹੁਤ بڑا ਸਿਸਟਮ ਖੜਾ ਕੀਤਾ ਜਾ ਸਕਦਾ ਪੜ੍ਹੇ ਲਿਖੇ ਲੋਕਾਂ ਚ ਪੜੀਆਂ ਲਿਖੀਆਂ ਸਲਾਹਾਂ ਆਉਂਦੀਆਂ ਸੀ ਔਰ ਬڑے-ਬڑے ਵਿਦਵਾਨ ਵੈਦ ਫਿਰ ਮੈਂ ਆਪਣੇ ਨਾਲ ਜੋੜੇ ਸਭ ਤੋਂ ਵੱਡੇ ਵੈਦ ਨੇ ਡਾਕਟਰ ਅਨਿਲ ਕੁਮਾਰ ਜੀ ਜਿਹੜੇ ਆਯੁਰਵੇਦ ਦੇ ਇਸ ਟਾਈਮ 5-6 ਵੈਦ ਨੇ ਪੂਰੇ ਇੰਡੀਆ ਚ ਜਿਨ੍ਹਾਂ ਚੋਂ ਇੱਕ ਨੇ ਸਿੱਧ ਯੋਗ ਦੇ ਵੈਦ ਅੱਛਾ ਉਹ ਮੇਰੇ ਨਾਲ 1996 ਚ ਜੁੜ ਗਏ ਸੀਗੇ ਜੀ ਹੁਣ ਤੱਕ ਉਹ ਆਪਣੇ ਨਾਲ ਨੇ ਔਰ ਉਹਨਾਂ ਨੇ ਇੱਕ ਨੁਸਖਾ ਤਿਆਰ ਕੀਤਾ ਸੀ ਕਿ ਬਿਨਾ ਦਾਖਲ ਕੀਤੇ ਔਰ ਬਿਨਾ ਕੋਈ ਤੋੜ ਤਕਲੀਫ ਦੇ ਔਰ ਘਰ ਬੈਠੇ ਬਿਠਾਇਆ ਅਗਰ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਮਿਲੋ ਉੰਡਰ ਦੇ ਦਾਵਾ ਸੀ ਔਰ ਫਿਰ ਉਹ ਦਾਵਾ ਜਿਹੜਾ ਸੀ ਉਹ ਵਾਅਦੇ ਚ ਬਦਲ ਗਿਆ ਕਿ ਜਿਹੜੇ ਲੋਕੀ ਫਿਰ ਫਿਰ ਮੈਂ ਵੀ ਉਹਨਾਂ ਨਾਲ ਐਕਟਿਵ ਹੋਇਆ ਐਕਟਿਵ ਹੋਣ ਦੇ ਨਾਲ ਕੀ ਹੋਇਆ ਕਿ ਅਸੀਂ ਸੋਚਿਆ ਸੀਗਾ ਵੀ ਅਸੀਂ ਇੱਕ ਦਿਨ ਚਾਗਰ ਇੱਕ ਇਨਸਾਨ ਨੂੰ ਵੀ ਨਸ਼ਾ ਛਡਾ ਦਾਂਗੇ ਅਸੀਂ ਸਮਝਾਂਗੇ ਉਹ ਦਿਨ ਸਾਡਾ ਬਾਬੇ ਨਾਨਕ ਦੀ ਗੋਲਕ ਦੇ ਵਿੱਚ ਸਾਡੀ ਹਾਜ਼ਰੀ ਲੱਗ ਗਈ ਤੇ ਉਹ ਕਰਦੇ ਕਰਦੇ ਅਸੀਂ ਅੱਜ ਮਤਲਬ 3 ਲੱਖ ਤੋਂ ਵੱਧ ਲੋਕਾਂ ਨੂੰ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਚ ਕਾਮਯਾਬ ਹੋਏ ਆ ਔਰ 3000 ਤੋਂ ਵੱਧ ਆਪਣੇ ਪੰਜਾਬ ਚ ਵਲੰਟੀਅਰ ਨੇ ਮੁੰਡੇ ਜਿਹੜੇ ਮਤਲਬ ਸਾਈਲੈਂਟ ਨੇ ਜਿਹੜੇ ਕਹਿੰਦੇ ਨੇ ਗੁਇਲ ਸਾਹਿਬ ਤੁਸੀਂ ਦੱਸੋ ਕਰਨਾ ਕੀ ਹੈ ਕਿਵੇਂ ਨਸ਼ਾ ਛੁੱਟੂਗਾ ਬਾਕੀ ਲੋਕਾਂ ਦਾ ਤੁਸੀਂ ਅਸੀਂ ਤੁਹਾਡੇ ਨਾਲ ਆ ਤਾਂ ਉਹ ਜਦੋਂ ਹੌਸਲਾ ਮਿਲਦਾ ਹੈ ਟਾਣਾ ਸਾਹਿਬ ਫਿਰ ਪਤਾ ਲੱਗਦਾ ਹੈ ਵੀ ਕੰਮ ਤਾਂ ਐ ਹੀ ਹੁੰਦੇ ਆ ਰਲ ਮਿਲ ਕੇ ਹੁੰਦੇ ਆ ਜੇ ਤੁਸੀਂ ਕਹੋ ਵੀ ਇਕੱਲਾ ਬੈਦ ਕੁਝ ਕਰ ਲੂਗਾ ਇਕੱਲੇ ਡਾਕਟਰ ਕੁਝ ਕਰ ਲੈਣਗੇ ਨਹੀਂ ਹੁੰਦਾ ਜਦੋਂ ਲੋਕ ਆ ਕੇ ਕਹਿੰਦੇ ਨੇ ਵੀ ਗੁਇਲ ਸਾਹਿਬ ਅਬ ਬੈਠਿਆ ਅਬ ਸਾਡਾ ਪੁੱਤ ਬੈਠਾ ਜਿਵੇਂ ਕਰਨਾ ਕਰ ਲੋ ਫਿਰ ਉੱਥੇ ਆਗੇ ਸਾਡੀ ਜਿਹੜੀ ਜ਼ਿੰਮੇਵਾਰੀ ਆ ਉਹ ਇੰਨੀ ਕ ਵੱਧ ਜਾਂਦੀ ਆ ਜਿਵੇਂ ਆਪਦੇ ਧੀ ਪੁੱਤ ਦਾ ਖਿਆਲ ਕਰਨਾ ਹੁੰਦਾ ਫਿਰ ਆਏ ਅੱਜ ਤੱਕ ਡੈਨਾ ਸਰਬ ਕਿਸੇ ਇੱਕ ਨੂੰ ਵੀ ਦਾਖਲ ਨਹੀਂ ਕੀਤਾ ਪਰ ਬਿਨਾਂ ਦਾਖਲ ਕੀਤੇ ਘਰ ਬੈਠੇ ਬਿਠਾਏ ਲੱਖਾਂ ਮਾਵਾ ਦੇ ਪੁੱਤ ਬਚਾਉਣ ਚ ਹੈਲਪ ਕੀਤੀ ਗਈ ਆ ਔਰ ਇਹ ਹੈਲਪ ਸਿਰਫ ਆਯੁਰਵੈਦਿਕ ਸਿਸਟਮ ਦੇ ਨਾਲ ਇੱਕ ਵੀ ਰਤੀ ਪਰ ਕੋਈ ਮਤਲਬ ਸਾਡੀਆਂ ਦਵਾਈਆਂ ਨੂੰ ਲੈਬ ਟੈਸਟ ਕਰਾਉਣ ਵਾਲੇ ਬਹੁਤ ਆਏ ਨੇ ਬੜੇ ਲੋਕਾਂ ਨੇ ਕਿਉਂਕਿ ਜਦੋਂ ਆਪ ਅੱਗੇ ਵੱਧਦੇ ਆ ਤਾਂ ਫਿਰ ਪਿੱਛੇ ਬੜੇ ਮਿੱਤਰ ਪੈਦਾ ਹੋ ਜਾਂਦੇ ਨੇ ਗੂੜੇ ਮਿੱਤਰ ਵੀ ਪੈਦਾ ਹੋ ਜਾਂਦੇ ਨੇ ਇਹ ਉਹ ਫਿਰ ਗੂੜਤਾ ਦਿਖਾਉਂਦੇ ਨੇ ਆਪਣੀ ਤੇ ਉਹਨਾਂ ਨੇ ਵੀ ਬੜੀਆਂ ਟਰਾਈਆਂ ਕੀਤੀਆਂ ਪਰ ਇਸ ਦਵਾਈ ਦੇ ਵਿੱਚ ਇੱਕ ਬਹੁਤ ਬੜੀ ਖੂਬੀ ਐ ਨਿਕਲੀ ਕਿ ਜਦੋਂ ਫਿਰ ਪੁੱਤ ਕਿਸੇ ਦਾ ਜਾਂਦਾ ਬਾਹਰ ਨੂੰ ਫੌਰਨ ਨੂੰ ਘੁੰਮਣ ਨੂੰ ਕਹਿੰਦਾ ਜੀ ਨਸ਼ੇ ਕਰਦੇ ਸੀਗੇ ਛਡਾਓ ਛਡਾਉਣ ਤੋਂ ਬਾਅਦ ਫਿਰ ਲੈਬ 'ਚ ਤਾਂ ਨਹੀਂ ਆਉ ਫਿਰ ਉਹ ਕਿਤੇ ਡੋਪ ਡੂਪ ਪ੍ਰੋਟੈਸਟਲ 'ਚ ਨਹੀਂ ਫਿਰ ਆਉ ਪਰ ਗੋਲ ਸਾਹਿਬ ਇੱਕ ਸਵਾਲ ਹੋਰ ਵੀ ਆ ਵੀ ਦੇਖੋ ਫਿਲਮਾਂ ਬਣ ਗਈਆਂ ਉੜਤਾ ਪੰਜਾਬ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਸਾਰਾ ਪੰਜਾਬ ਉੜਤਾ ਹੀ ਹਾਂ ਪੰਜਾਬੀ ਉਹ ਵੀ ਆ ਜਿਹੜੇ ਹਰ ਦੇ ਵਿੱਚ ਲੰਗਰ ਲਾਉਂਦੇ ਆ ਪੰਜਾਬੀ ਉਹ ਵੀ ਆ ਜਿਹੜੇ ਕੁਦਰਤੀ ਆਫਤਾਂ ਆ ਜੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸਿਰ ਢਾ ਕੇ ਲੜਾਈ ਲੜਦੇ ਆ ਜੀ ਪਰ ਉਹ ਵੀ ਆ ਜਿਹੜੇ ਕਿ ਇੱਕ ਦੂਜੇ ਦੇ ਟੀਕੇ ਲਾਈ ਜਾਂਦੇ ਆ ਇੱਕ ਉਹ ਸਿਰਿੰਜ ਨਾਲ 10 ਜਾਣੇ ਭੁਗਤੀ ਜਾਂਦੇ ਆ ਮਾੜੀ ਗੱਲ ਆ ਪਰ ਧਾਰਨਾ ਇਹ ਬਣੀ ਹੋਈ ਆ ਵੀ ਜੇਕਰ ਤੁਸੀਂ ਨਸ਼ਾ ਛਡਾਊ ਕੇਂਦਰ 'ਚ ਲੈ ਗਏ ਕਿਤੇ ਵੀ ਤਾਂ ਫਿਰ ਉਹ ਗੋਲੀ ਦੇ ਆਦੀ ਹੋ ਜਾਂਦੇ ਆ ਫਿਰ ਉਹ ਗੋਲੀ ਨਹੀਂ ਛੁੱਟਦੀਗੀ ਇੱਕ ਪਾਸੇ ਛੁੱਟਿਆ ਖੜਾ ਦੂਜੇ ਪਾਸੇ ਲੱਗ ਗਿਆ ਤੇ ਤੁਹਾਡਾ ਜਿਹੜਾ ਸੈਂਟਰ ਆ ਜੋ ਤੁਹਾਡੇ ਕੋਲੇ ਦਵਾਈ ਆ ਕਿਤੇ ਇਹ ਤਾਂ ਨਹੀਂ ਵੀ ਭਾਈ ਬਾਅਦ ਦੇ ਵਿੱਚ ਬੰਦਾ ਉਹਦਾ ਆਦੀ ਹੋ ਜਾਵੇ ਭਾਈ ਹੁਣ ਉਮਰ ਭਰੇ ਖਾਈ ਚੱਲ ਬਿਲਕੁਲ ਤੁਹਾਡੀ ਗੱਲ درست ਹੈ ਇਹਦਾ ਜਵਾਬ ਮੈਂ ਭਲੀ ਭੰਤੀ ਦਊਂਗਾ ਕਿਉਂਕਿ ਇਹ ਜਵਾਬ ਮੈਂ ਨਹੀਂ ਦੇ ਰਿਹਾ ਇਹ ਮੇਰਾ ਜਿਹੜਾ ਲੱਖਾਂ ਪੇਸ਼ੈਂਟ ਹੈ ਉਹਦਾ ਜਵਾਬ ਹੈ ਕਿ ਅਸੀਂ ਨਾ ਟੈਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਹੁੰਦਾ ਸਾਡਾ ਕਿ ਜਦੋਂ ਵੀ ਸਾਡੇ ਕੋਲ ਕੋਈ ਪਰਿਵਾਰ ਆਉਂਦਾ ਮੈਂ ਪਰਿਵਾਰ ਨਾਲ ਹੀ ਬੈਠਦਾ ਔਰ ਬਹੁਤ ਸਾਰੇ ਪਰਿਵਾਰ ਆਉਂਦੇ ਆ ਚੰਗੇ ਚੰਗੇ ਤਕੜੇ ਤਕੜੇ ਪਰਿਵਾਰ ਹੀ ਕਿ ਕਿ ਚਰਾਗ ਹੁੰਦਾ ਉਹਨਾਂ ਦਾ ਡਰ ਲੱਗਿਆ ਹੁੰਦਾ ਉਹਨਾਂ ਨੂੰ ਕਿਤੇ ਬੁਝ ਨਾ ਜਾਵੇ ਬੁਝੇ ਹੀ ਪਿਆ ਹੁੰਦਾ ਉਹ ਤਾਂ ਕਹਿੰਦੇ ਨੇ ਚ ਗੋਇਲ ਸਾਹਿਬ ਕੋਈ ਨਾ ਕੋਈ ਤੇਲ ਪਾ ਦਿਓ ਜੇ ਕਿਤੇ ਚੱਲ ਪੇ ਪਰ ਉੱਥੇ ਆ ਕੇ ਸੀ ਕਹਿੰਦੇ ਉਹ ਕਹਿਣਗੇ ਗੋਇਲ ਸਾਹਿਬ ਗਾਰੰਟੀ ਹੈ ਮੁੰਡਾ ਸਾਡਾ ਨਸ਼ਾ ਛੱਡ ਦੂ ਮੈਂ ਕਹਿੰਦਾ ਉਹਨਾਂ ਸਾਡੀਆਂ ਸਿਰਫ ਤਿੰਨ ਗਾਰੰਟੀ ਆ ਇੱਕ ਤਾਂ ਇਹ ਸਰੀਰਕ ਪੱਖੋਂ ਡਾਊਨ ਨਹੀਂ ਹੁੰਦਾ ਇੱਕ ਆਪਦੀ ਗ੍ਰਸਥ ਜੀਵਨ ਵੱਲੋਂ ਡਾਊਨ ਨਹੀਂ ਹੁੰਦਾ ਦੂਜਾ ਇਹਨੂੰ ਨਾ ਕੋਈ ਤੋੜ ਲੱਗੇ ਨਾ ਨਸ਼ੇ ਦੀ ਲੋੜ ਲੱਗੇ ਸਾਡੀ ਦਵਾਈ ਤੋਂ ਬਾਅਦ ਇੱਕ ਡੋਜ਼ ਉਹਨੂੰ ਦੇਣੀ ਆ ਚਾਰ ਦਿਨ ਦੀ ਦਵਾਈ ਅਸੀਂ ਉਹਨੂੰ ਦੇ ਕੇ ਭੇਜ ਦਿੰਨੇ ਆ ਚੌਥੇ ਦਿਨ ਹੋਦਾ ਉਹਨਾਂ ਦਾ ਜਿਹੜਾ ਪੁੱਤ ਹੁੰਦਾ ਸਾਡਾ ਬਣ ਚੁੱਕਿਆ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਗੱਲਬਾਤ ਹੈਗੀ ਆ ਕਿਉਂਕਿ ਜਿਹੜਾ ਨਸ਼ਾ ਕਰਨ ਵਾਲਾ ਇਨਸਾਨ ਹੈ ਨਾ ਡਾਣਾ ਸਾਹਿਬ ਉਹ ਨਸ਼ਾ ਜਦੋਂ ਮਾਰਕੀਟ ਚੋਂ ਲੈਂਦਾ ਐ ਲਾਉਂਦਾ ਜਿਵੇਂ ਤੇ ਲਾ ਕੇ ਕਹਿੰਦਾ ਮਾਲ ਨੱਕ ਲਈ ਆ ਗਿਆ ਅੱਛਾ ਕਿਆ ਦੰਦਾ ਨਾ ਜੀ ਉਹਨੂੰ ਪਤਾ ਲੱਗ ਜਾਂਦਾ ਇਸੇ ਤਰ੍ਹਾਂ ਸਾਡੀ ਦਵਾਈ ਖਾਣਸਾਰ ਸਮਝ ਜਾਂਦਾ ਵੀ ਇਹ ਦਵਾਈ ਮੈਨੂੰ ਬਚਾ ਲੂਗੀ ਫਿਰ ਜੇ ਉਹਦੀ ਨੀਤ ਹੁੰਦੀ ਛੱਡਣ ਦੀ ਫਿਰ ਤਾਂ ਉਹ ਛੱਡਦਾ ਜੇ ਨੀਤ ਨਹੀਂ ਹੁੰਦੀ ਛੱਡਣ ਦੀ ਫਿਰ ਉਹ ਫੜਫੜਾ ਕੇ ਭੱਜਦਾ ਫਿਰ ਉਹ ਕਹਿੰਦਾ ਵੀ ਇਹ ਮੈਨੂੰ ਦਵਾਈ ਨੇ ਬਚਾ ਲੈਣਾ ਮੈਂ ਤਾਂ ਹਲੇ ਕਰਨੇ ਨੇ ਨਸ਼ੇ ਮੇਰਾ ਤਾਂ ਹਲੇ ਉਮਰੇ ਕੀ ਆ ਹਲੇ ਤਾਂ ਮੈਂ ਗੱਡੀਆਂ ਭੰਨਣੀਆਂ ਪੰਜ ਚਾਰ ਪਿਆਉ ਦੀਆਂ ਤੇ ਉਹ ਫਿਰ ਉਹਨੂੰ ਫਿਰ ਅਸੀਂ ਮਾਪੇ ਦੀ ਕਾਉਂਸਲਿੰਗ ਕਰਦੇ ਆ ਉੱਥੇ ਵੀ ਤੁਹਾਨੂੰ ਆਪਦਾ ਚਿਰਾਗ ਜਿਹੜਾ ਹੈਗਾ ਜੇ ਇਹਨੂੰ ਤੁਸੀਂ ਬੁਝਣ ਤੋਂ ਬਚਾਉਣਾ ਇਹਦੇ ਆਲੇ ਦਾਲੇ ਹੱਥ ਲਾਉਣੇ ਪੈਣਗੇ ਨਹੀਂ ਤਾਂ ਹਵਾ ਦੀ ਫਿਰ ਉਹਨਾਂ ਨੂੰ ਜਦੋਂ ਸਮਝਾਈਦਾ ਫਿਰ ਉਹ ਉਹਦੇ ਬਤਵਕ ਫਿਰ ਪਰਿਵਾਰ ਉਹਨੂੰ ਹੌਲੀ ਹੌਲੀ ਕਾਠੀ ਪਾ ਕੇ 10 20 50 ਦਿਨਾਂ ਦੇ ਵਿੱਚ ਵਿੱਚ ਉਹਨੂੰ ਸੈੱਟ ਕਰ ਲੈਂਦੇ ਨੇ ਪਰ ਮੇਰਾ ਸਵਾਲ ਇਹ ਹੈ ਵੀ ਕੀ ਤੁਹਾਡੀ ਦਵਾਈ ਦਾ ਪੱਕੇ ਤੌਰ ਤੇ ਉਤਤਨੇ ਬੰਦਾ ਆਦੀ ਹੁੰਦਾ ਮੇਰਾ ਇੱਕ ਜਾਣਕਾਰ ਆ ਉਹਨੇ ਮੈਨੂੰ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਇੱਕ ਮੁੰਡਾ ਉਹਨੇ ਚਿੱਟੇ ਤੋਂ ਖੜਾ ਛਡਾਉਣ ਦੇ ਲਈ ਦਵਾਈ ਲਈ ਪਰ ਬਾਅਦ ਵਿੱਚ ਗੋਲੀ ਦਾ ਆਦੀ ਹੋ ਗਿਆ ਉਹ ਜਾ ਕੇ ਕਤਾਰ ਦੇ ਵਿੱਚ ਲੱਗ ਜਾਂਦਾ ਨਸ਼ਾ ਛਡਾਓ ਕੇਂਦਰ ਚ ਫੇਪੇ ਮੈਨੂੰ ਦਿਓ ਗੋਲੀ ਨਹੀਂ ਗੋਲੀ ਮਿਲਦੀ ਫੇਰ ਤੜਫਦਾ ਫੇਰ ਉਹ ਪੁੱਠੇ ਕੰਮ ਦੇ ਵੱਲ ਜਾਉ ਇਹ ਤਾਂ ਨਹੀਂ ਵੀ ਤੁਹਾਡੀ ਜਿਹੜੀ ਸ਼ੀਸ਼ੀ ਆ ਵੀ ਉਹ ਜਿੰਨੀ ਦੇਰ ਤੱਕ ਵਰਤੀ ਠੀਕ ਆ ਜਦੋਂ ਛੱਡੀ ਫੇਰ ਹੋਈ ਗੱਲ ਇਹੋ ਜਿਹਾ ਅਜੇ ਤੱਕ ਕੋਈ ਵੀ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਾਂ ਟਾਣਾ ਸਾਹਿਬ ਸਾਡੀ ਦਵਾਈ ਦੇ ਵਿੱਚ ਕੀ ਆ ਮੈਂ ਤੁਹਾਨੂੰ ਮੋਟਾ-ਮੋਟਾ ਦੱਸਦਾ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਜਿੰਨੇ ਵੀ ਸਾਡੇ ਬਹਿਦ ਭਰਾ ਪ੍ਰੋਗਰਾਮ ਦੇਖ ਰਹੇ ਨੇ ਕਿਉਂਕਿ ਟਾਣਾ ਸਾਹਿਬ ਮੇਰੇ ਨਾਲ ਬੈਠੇ ਬਹਿਦ ਭਰਾ ਤਾਂ ਜ਼ਰੂਰ ਦੇਖਣਗੇ ਤੇ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸ ਦਿੰਨਾ ਕਿ ਘਰੇ ਨੁਸਖਾ ਬਣਾਓ ਲੋਕਾਂ ਨੂੰ ਦਿਓ ਅਜਮਾਓ ਉੱਥੋਂ ਪਤਾ ਲੱਗੂਗਾ ਵੀ ਇਹ ਚੀਜ਼ ਕੀ ਆ ਕਿਉਂਕਿ ਪੰਜਾਬ ਦੇ ਵਿੱਚ 40 ਲੱਖ ਤੋਂ ਵੱਧ ਲੋਕ ਨਸ਼ੇ ਤੋਂ ਗ੍ਰਸਤ ਹੋਏ ਪਏ ਆ। ਔਰ ਇੰਨੇ ਲੋਕਾਂ ਨੂੰ ਕੱਲਾ ਸੁਭਾਸ਼ ਗੁਇਲ ਕਿੱਥੋਂ ਸਾਂਭ ਲੂਗਾ? ਸਾਰੇ ਜਣੇ ਰਲ ਕੇ ਕਰੋ। ਮਹਾਵਾਤ ਵਿਦਵਾਂਸਨ ਰਸ ਰਸਟਣ ਸਭ ਇਹ ਆਯੁਰਵੇਦ ਗ੍ਰੰਥ ਦਾ ਰਸ ਹੈ। ਇਹ ਕੋਈ ਸੁਭਾਸ਼ ਗੁਇਲ ਦਾ ਆਪਣਾ ਘੜਿਆ ਹੋਇਆ ਨਹੀਂ ਹੈਗਾ। ਮਹਾਵਾਤ ਵਿਦਵਾਂਸਨ ਰਸ ਜੇ ਤੁਸੀਂ ਬਹੁਤ ਹੀ ਵਿਦਵਾਨ ਹੋ ਤਾਂ ਇਹਨੂੰ ਗੂਗਲ ਤੇ ਵੀ ਸਰਚ ਕਰ ਸਕਦੇ ਹੋ, ਗ੍ਰੰਥ ਚ ਵੀ ਪੜ੍ਹ ਸਕਦੇ ਹੋ। ਆਯੁਰਵੇਦ ਸਾਰ ਸੰਗ੍ਰਹਿ ਦੇ ਵਿੱਚ ਲਿਖਿਆ ਆ। ਮਹਾਵਾਤ ਵਿਦਵਾਂਸਨ ਰਸ ਅਕੰਗ ਵੀਰ ਰਸ। ਫਿਰ ਸਮੀਰ ਪੰਡੰਗ ਰਸ। ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੂਤ ਸੇਖਰ ਰਸ ਪਾਇਆ ਚਾਰ ਰਸ ਨੇ ਇੱਕ ਇੱਕ ਰਸ ਦੇ ਵਿੱਚ 40 40 ਔਸ਼ਧੀਆਂ ਹੁੰਦੀਆਂ ਨੇ ਘੱਟੋ ਘੱਟ 100 ਸਵਾ 100 ਔਸ਼ਧੀ ਦਾ ਮੇਲ ਹੈ ਜੀ ਨਾੜ ਦਾ ਤੋੜ ਲੱਗਣ ਦਵੇ ਨਾੜਾਂ ਨੂੰ ਸੈੱਟ ਕਰ ਦੇਣਾ ਇਹਨੇ ਬ੍ਰੇਨ ਨੂੰ ਸੈੱਟ ਕਰ ਦੇਣਾ ਇਹਨੇ ਬਲੱਡ ਵਧਾ ਦੇਣਾ ਬਾਡੀ 'ਚ ਬੀਰਜ ਦੀ ਮਾਤਰਾ ਵਧਾ ਦੇਣੀ ਹੈ ਕੁਆਲਿਟੀ ਇਨਕਰੀਜ਼ ਕਰ ਦੇਣੀ ਹੈ ਤਾਂ ਉਹ ਫਿਰ ਇਨਸਾਨ ਦਾ ਨਸ਼ੇਵਲ ਮਾਣੀ ਨਹੀਂ ਜਾਂਦਾ ਜੀ ਨਸ਼ੇ ਨੂੰ ਇਹ ਸੁੰਘ ਕੇ ਛੱਡ ਦਿੰਦਾ ਉਹ ਤੇ ਸਾਡੀ ਜਿਹੜੀ ਦਵਾਈ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜਿਵੇਂ ਕੋਈ ਇਨਸਾਨ ਮੰਨ ਲਓ ਅੱਜ ਇੰਨੀ ਖਾਂਦਾ ਫਿਰ ਇੰਨੀ ਖਾਂਦਾ ਫਿਰ ਇੰਨੀ ਖਾਂਦਾ ਗੱਲ ਨਹੀਂ ਬਣਦੀ ਫਿਰ ਇੰਨੀ ਖਾਂਦਾ ਗੱਲ ਨਹੀਂ ਬਣਦੀ ਅਸੀਂ ਫਿਰ ਜਿਹੜੀ ਦਵਾਈ ਆ ਇੱਥੋਂ ਸ਼ੁਰੂ ਕਰਦੇ ਆ ਐ ਕਰਕੇ ਹੌਲੀ-ਹੌਲੀ ਘਟਾ ਕੇ ਇੱਥੇ ਲਿਆ ਕੇ ਛੱਡ ਦਿੰਦੇ ਆ ਤੇ ਉਹ ਉਸੇ ਤਰ੍ਹਾਂ ਬਾਡੀ ਦੁਬਾਰਾ ਰਿਕਵਰ ਹੋ ਜਾਂਦੀ ਆ ਇਸ ਦਵਾਈ ਨਾਲ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਜ਼ ਸਿਸਟਮ ਤੇ ਪੂਰੇ ਜਨਰਲ ਆਰਗਨਸ ਜਿਹੜੇ ਬਾਡੀ ਤੇ ਆ ਉਹ ਪਲੱਸ ਜਿੰਨੇ 70000 ਤੋਂ ਵੱਧ ਨਾੜੀਆਂ ਨੇ ਆਪਣੀ ਬਾਡੀ ਦੀਆਂ ਉਹ ਸਟਰੋਂਗ ਹੋ ਜਾਂਦੀ ਹੈ ਨੇ ਕਿਉਂਕਿ ਜਦੋਂ ਇਨਸਾਨ ਨਸ਼ਾ ਨਹੀਂ ਕਰਦਾ ਉਹਦੀਆਂ ਨਸਾਂ ਖਾਲੀ ਹੋ ਜਾਂਦੀਆਂ ਨੇ ਲੱਤਾਂ ਬਾਹਾਂ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਉਹਦੇ ਲੂਜ਼ ਮੋਸ਼ਨ ਜਦੋਂ ਅਸੀਂ ਉਹਨੂੰ ਦਵਾਈ ਦੇ ਦਿੰਨੇ ਆ ਪੂਰੀ ਤਰ੍ਹਾਂ ਬਾਡੀ ਫਿੱਟ ਉਸ ਤੋਂ ਬਾਅਦ ਉਹਨੂੰ 4 ਦਿਨ ਬਾਅਦ ਐ ਲੱਗਦਾ ਮੈਂ ਓਕੇ 4 ਦਿਨ ਬਾਅਦ ਫਿਰ ਉਹਦੀ ਦਵਾਈ ਘਟਾਉਣੀ ਸ਼ੁਰੂ ਕਰਦੇ ਆ ਘਟਾ ਘਟਾ ਕੇ ਪਹਿਲੇ ਦਿਨ ਤੋਂ ਹੀ ਨਸ਼ਾ ਬੰਦ ਟਾਣਾ ਸਾਹਿਬ ਔਰ 2 ਮਹੀਨੇ ਦੇ ਵਿੱਚ ਵਿੱਚ ਸਾਡੀ ਦਵਾਈ ਬੰਦ ਹੋ ਜਾਂਦੀ ਆ ਔਰ ਅੱਜ ਤੱਕ ਉਸ ਬਾਬੇ ਦੀ ਐਡੀ ਕਿਰਪਾ ਹੈ ਕਿ ਕਿਤੋਂ ਬਦਰਾਮੀ ਨਹੀਂ ਮਿਲੀ ਲੱਖਾਂ ਲੋਕਾਂ ਦਾ ਅਸ਼ੀਰਵਾਦ ਮਿਲ ਰਿਹਾ ਅੱਜ ਮੈਨੂੰ ਉਮੀਦ ਹੈ ਵੀ ਹੋਰ ਬਹੁਤ ਸਾਰੇ ਲੋਕਾਂ ਦਾ ਮੰਨ ਲਓ ਤੁਹਾਡੇ ਕੋਲੇ ਕੋਈ ਆਉਂਦਾ ਪਰਿਵਾਰਕ ਜੀ ਲੈ ਕੇ ਆਪਦੇ ਪੁੱਤ ਨੂੰ ਧੀ ਨੂੰ ਵੀ ਭਾਈ ਇਹ ਚਿੱਟੇ ਦਾ ਝੰਬਿਆ ਪਿਆ ਇਹਨੇ ਘਰ ਦੀ ਕੋਈ ਗਰਲ ਨਹੀਂ ਛੱਡੀ ਇਹਨੇ ਕੋਈ ਬੂਹਾ ਬਾਰੀ ਨਹੀਂ ਛੱਡਿਆ ਭਾਂਡੇ ਵੀ ਵੇਚਤੇ ਇਹ ਪਤਾ ਨਹੀਂ ਕਿਹੜੇ ਕਿਹੜੇ ਪੁੱਠੇ ਸਿੱਧੇ ਕੰਮ ਕਰਦਾ ਇਹਦਾ ਨਸ਼ਾ ਛਡਵਾ ਦਿਓ ਜੀ ਚਿੱਟੇ ਤੋਂ ਖਿਹੜਾ ਕਿੰਨੀ ਦੇਰ ਦੇ ਵਿੱਚ ਛਡਵਾ ਦਿਓਗੇ ਜਿਹੜਾ ਚਿੱਟਾ ਉਹ ਤੋਂ ਖਿਹੜਾ ਤਾਂ ਸੀ 2 ਦਿਨ 'ਚ ਛਡਾ ਲਈਦਾ ਸਾਡੀ ਦਵਾਈ ਤੋਂ 2 ਮਹੀਨੇ 'ਚ ਖਿਹੜਾ ਛੁੱਟਦਾ ਅੱਛਾ 60 ਦਿਨ 60 ਦਿਨ ਲੱਗਦੇ ਆ ਔਰ 60 ਦਿਨ ਦੇ ਵਿੱਚ ਜਿਹੜਾ ਇਨਸਾਨ ਹੈ ਮੈਂ ਇਸ ਤੋਂ ਪੂਰੀ ਜ਼ਿੰਦਗੀ ਵਧੀਆ ਜੀਣ ਲੱਗ ਜਾਂਦਾ ਪਹਿਲੇ ਹਫ਼ਤੇ ਜੀ ਵਧੀਆ ਮੁੱਛਾਂ ਮੱਛਾਂ ਨੂੰ ਗੇੜਾ ਦੇਣ ਲੱਗ ਜਾਂਦਾ ਪੱਗ ਵਧੀਆ ਟੂਟੀ ਵਾਲੀ ਬੰਨਣ ਲੱਗ ਜਾਂਦਾ ਜੁੱਤੀ ਨੂੰ ਪਾਲਿਸ਼ ਕਰਨ ਲੱਗ ਜਾਂਦਾ ਚਾਰ ਬੰਦਿਆਂ ਨੂੰ ਕਹਿਣ ਲੱਗ ਜਾਂਦਾ ਲੈ ਇਹਨਾਂ ਨੂੰ ਕੀ ਅਗਲਾ ਪਤਾ ਠੀਕ ਆ ਪਰ ਠੀਕ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਦੇ 2 ਮਹੀਨੇ ਲੱਗਦੇ ਨੇ ਫੁੱਲ ਬਾਡੀ ਦੀ ਰਿਕਵਰੀ ਹੋਣ ਨੂੰ ਔਰ ਘਰੇ ਬੈਠੇ ਬਟਾਏ ਕਰਨਾ ਅਸੀਂ ਕੋਈ ਇੱਕ ਦਿਨ ਵੀ ਕਿਸੇ ਨੂੰ ਦਾਖਲ ਨਹੀਂ ਕਰਦੇ ਔਰ ਇਹ ਇੱਕ ਸਭ ਤੋਂ ਵੱਡੀ ਜਿਹੜੀ ਸਾਡੇ ਤੇ ਕਿਰਪਾ ਸਮਝੋ ਗੁਰੂ ਮਹਾਰਾਜ ਦੀ ਸਮਝੋ ਆਯੁਰਵੇਦ ਦੀ ਕਿਰਪਾ ਸਮਝੋ ਕਿ ਇਹ ਦਵਾਈਆਂ ਅੱਜ ਤੱਕ ਕਿਸੇ ਨੂੰ ਮਤਲਬ ਸ਼ਰੀਰਕ ਤੌਰ ਤੇ ਲੱਗੀਆਂ ਨਹੀਂ ਹੈਗੀਆਂ ਬਿਲਕੁਲ ਇਨਸਾਨ ਦਵਾਈ ਤੋਂ ਵੀ ਔਰ ਨਸ਼ੇ ਤੋਂ ਵੀ ਮੁਕਤ ਦਾਰੂ ਦਾ ਬੜਾ ਵੱਡਾ ਮਸਲਾ ਜੀ ਸ਼ਰਾਬ ਤਾਂ ਪੰਜਾਬੀਆਂ ਦੇ ਸੁਭਾ ਦਾ ਹਿੱਸਾ ਬਣ ਗਿਆ ਸੱਭਿਆਚਾਰ ਦਾ ਹਿੱਸਾ ਬਣ ਗਿਆ ਹਾਂ ਲਾਈਫ ਸਟਾਈਲ ਹੋ ਗਿਆ ਬਿਲਕੁਲ ਲਾਈਫ ਸਟਾਈਲ ਹੋ ਗਿਆ ਅੱਜ ਕੱਲ ਤਾਂ दारू ਨੂੰ ਨਸ਼ਾ ਹੀ ਨਹੀਂ ਮੰਨਿਆ ਜਾਂਦਾ ਮੈਂ ਕਦੇ ਕਦੇ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਸਾਨੂੰ ਨਿੱਕੇ ਹੁੰਦਿਆਂ ਨੂੰ ਇਹ ਵੀ ਗੱਲ ਕਹਿੰਦੇ ਸੀ ਘਰ ਦੇ ਵੀ ਪੁੱਤ ਚਾਹ ਦਾ ਨਸ਼ਾ ਵੀ ਮਾੜਾ ਹੂੰ ਅੱਜ ਕੱਲ ਇਹ ਗੱਲ ਕਹਿੰਦੇ ਵੀ ਚਲੋ ਕੋਈ ਨਹੀਂ दारू ਹੀ ਹੈ ਨਾ ਹੋਰ ਤਾਂ ਨਹੀਂ ਕੁਝ ਖਾਂਦਾ ਪੀਂਦਾ ਅੱਜ ਕੱਲ ਇਹ ਚੱਲ ਪਿਆ ਕਿਉਂਕਿ ਅਸੀਂ ਨਸ਼ਿਆਂ ਦੇ ਵਿੱਚ ਵੀ ਵੱਧ ਮਾਰੂ ਤੇ ਘੱਟ ਮਾਰੂ ਦੀ ਵੰਡ ਕਰ ਲਈ ਵੱਧ ਮਾਰੂ ਚ ਸਿਰਫ ਸਿੰਥੈਟਿਕ ਨਸ਼ੇ ਆ ਗਏ ਜੇ ਬੰਦਾ ਭੁੱਖੀ ਖਾਂਦਾ ਤਾਂ ਕੀ ਹੋ ਗਿਆ ਮਰਦਾ ਤਾਂ ਨਹੀਂ ਫੀਮ ਖਾਂਦਾ ਤਾਂ ਕੀ ਹੋ ਗਿਆ ਮਰਦਾ ਤਾਂ ਨਹੀਂ दारू ਪੀਂਦਾ ਤਾਂ ਕੀ ਹੋ ਗਿਆ ਛੇਤੀ ਮਰਦਾ ਤਾਂ ਨਹੀਂ दारू ਕਹਿੰਦੇ ਵੀ ਪਰਦੇ ਨਾਲ ਵੀ ਛਡਵਾਈ ਜਾ ਸਕਦੀ ਹੈ ਛਡਾ ਦਨੇ ਬਿਲਕੁਲ ਇੱਕ दारू ਇਹ ਹੈ ਜਨਸ਼ਾ ਜਿਹਨੂੰ ਪਰਦੇ ਨਾਲ ਛਡਾਇਆ ਜਾ ਸਕਦਾ ਇੱਕੋ ਹੀ ਮੈਡੀਸਿਨ ਹੈ ਟੈਣਾ ਸਾਹਿਬ ਉਹੀ ਜੇ ਜੇ ਇਨਸਾਨ ਆਪਣੀ ਮਰਜ਼ੀ ਨਾਲ ਆਉਂਦਾ ਵੈਸੇ ਇਸ ਲਈ ਆਪਦੀ ਮਰਜ਼ੀ ਨਾਲ ਕੋਈ ਹਜ਼ਾਰਾਂ ਚੋ ਇੱਕ ਅੱਦਾ ਵਿਰਲਾ ਹੀ ਆਉਂਦਾ ਬਾਕੀ ਦਾ ਸਾਰੀਆਂ ਸਾਡੀਆਂ ਭੈਣਾਂ ਨੂੰ ਮਾਤਾ ਨੂੰ ਉਹਨਾਂ ਨੂੰ ਕਰਨਾ ਪੈਂਦਾ ਹੀਲਾ ਵਸੀਲਾ ਵਿਚਾਰੀਆਂ ਨੂੰ ਇਹਦੇ ਕਰਕੇ ਉਹਨਾਂ ਦਵਾਈਆਂ ਨੂੰ ਵੀ ਅਸੀਂ ਬਹੁਤ ਅੱਛੇ ਤਰੀਕੇ ਨਾਲ ਬਣਾਉਂਦੇ ਆਂ ਦੰਨੇ ਵੀ ਐ ਸਮਝ ਕੇ ਦੰਨੇ ਵੀ ਸਾਡੀ ਇਹ ਭੈਣ ਇਹ ਫਸ ਗਈ ਸਾਡਾ ਜੀਜਾ ਜਿਹੜਾ ਹੁਣ ਦਾਰੂ ਪੀ ਕੇ ਉਹਨੂੰ ਕੁੱਟਦਾ ਤੇ ਸਾਨੂੰ ਐ ਆਉਦਾ ਵੀ ਸਾਡੇ ਤਾਂ ਲੱਕੇ ਹੀ ਜੀਜੇ ਨੇ ਹੁਣ ਸਾਰਿਆਂ ਨੂੰ ਸਿੱਧੇ ਕਰਨਾ ਕਿਸੇ ਤਰ੍ਹਾਂ ਤੇ ਸਾਡੀਆਂ ਭੈਣਾਂ ਵੀ ਆ ਕੇ ਮੇਰੇ ਕੋਲ ਐ ਬਹਿ ਜਾਂਦੀਆਂ ਨੇ ਜਿਵੇਂ ਸਕੇ ਭਰਾ ਕੋਲ ਬੈਠੀਆਂ ਹੁੰਦੀਆਂ ਨੇ ਤੇ ਫਿਰ ਫਿਰ ਐ ਲੱਗਦਾ ਹੁੰਦਾ ਵੀ ਮਾਂ ਨੇ ਤੇ ਕਤੀ ਜੰਮੀ ਦੀ ਜਿਹੜੀਆਂ ਮੈਨੂੰ ਮਿਲਿਆ ਨੇ ਗਿਫਟ ਦੇ ਵਿੱਚ ਪਤਾ ਨਹੀਂ ਕਿੰਨੀਆਂ ਘਪੈਲਾਂ ਮਿਲਿਆ ਨੇ ਔਰ ਫਿਰ ਉਹਨੇ ਜੀਜੇ ਵੀ ਮਿਲੇ ਨੇ ਮਗਰ ਉਹ ਆ ਜਾਂਦੇ ਨੇ ਥੋੜੀ ਦੇਰ ਬਾਅਦ ਕੋਈ ਗੋਲ ਸਾਨੂੰ ਪਤਾ ਦਦੀਗਾ ਤੇ ਤੇਤੋਂ ਦਵਾਈ ਲੈ ਕੇ ਦੰਦੀ ਦੀ ਇਹ ਮੈਨੂੰ ਪਰ ਬਈ ਵੀ ਕਦਾਂ ਚਾਹੁੰਦਾ ਦੀ ਛੁੱਟ ਜੇ ਮੇਰਾ ਰੋਗ ਹੈ ਇਹ ਚੋਰੀ ਚੜਾਈ ਗਈ ਮੈਂ ਵੀ ਚੋਰੀ ਚੋਰੀ ਛੱਡੀ ਗਿਆ ਅੱਜ ਛੁੱਟ ਗਈ ਮਤਲਬ ਤਿੰਨ ਕੁ ਮਹੀਨੇ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਇਨਸਾਨ ਦਾ ਪਿੱਛਾ ਛੱਡ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਤਿੰਨ ਮਹੀਨੇ ਦਵਾਈ ਹੋਰ ਦੇਣ ਦੀ ਕੋਸ਼ਿਸ਼ ਕਰਦਾ ਕਿ ਮੁੜ ਕੇ ਫਿਰ ਉਹ ਕਦੇ ਵੀ ਠੇਕੇ ਵੱਲ ਮੂੰਹ ਨਾ ਕਰ ਪਾਏ 6 ਉਸ 스멜ਲ ਤੋਂ ਜੀ ਉਹਦੇ ਹਾਰਮੋਨ ਇੰਨੇ ਐਕਟਿਵ ਕਰ ਦਈਦੇ ਨੇ ਬੋਡੀ ਬ੍ਰੇਨ ਦੇ ਦਵਾਈ ਨਾਲ ਕਿ ਉਹ ਜਦੋਂ ਪੀਣ ਲੱਗਦੇ ਜਿਵੇਂ ਪਹਿਲੇ ਦਿਨ ਐ ਕਰਦਾ ਸੀ ਉਵੇਂ ਹੋ ਜਾਂਦਾ ਮਤਲਬ ਉਦਾਂ ਦੀ 스멜ਲ ਉਹਨੂੰ ਗੰਦੀ ਲੱਗਣ ਲੱਗ ਜਾਂਦੀ ਹੈ ਇਸ ਕਰਕੇ ਇਸ ਦਵਾਈ ਦਾ ਪ੍ਰਭਾਵ ਜਿਹੜਾ ਹੈਗਾ ਉਹ ਸੰਸਾਰ ਦੇ ਵਿੱਚ ਫੈਲ ਰਿਹਾ ਔਰ ਘਰ ਘਰ ਦੇ ਵਿੱਚ ਫੈਲ ਰਿਹਾ ਥੋੜੇ ਤਾਂ ਕੋਈ ਸਰਕਾਰ ਤਾਂ ਨਹੀਂ ਕਾਰਵਾਈ ਕਰਦੀ ਵੀ ਸਾਡੇ ਮਾਲੀਏ ਦਾ ਨੁਕਸਾਨ ਕਰਦੇ ਆ ਨਾ ਨਾ ਮੈਂ ਨਹੀਂ ਕਿ ਸਰਕਾਰ ਨੂੰ ਕੁਝ ਵੀ ਨਹੀਂ ਕਹਿੰਦਾ ਸਰਕਾਰ ਦੇਖੋ ਮੇਰੀ ਗੱਲ ਸੁਣੋ ਸਰਕਾਰ ਦੇ 1 ਲੱਖ ਟਿੱਕੇ ਅਸੀਂ ਇਕੱਲੇ ਚਲਾਉਣ ਵਾਲੇ ਸਾਡੇ ਕੀ ਆ ਊਠ ਦੇ ਮੂੰਹ ਚ ਜੀਰੇ ਚ ਨਹੀਂ ਕੈਸੀਆ ਤਾਂ ਤੇ ਜਿੱਥੇ ਵਗਦਾ ਦਰਿਆ ਉੱਥੇ ਇੱਕ ਗੜਬੀ ਜੀ ਕੋਲ ਪਈ ਹੋਵੇ ਉਹਦੀ ਕੀ ਔਕਾਤ ਆ ਪਰ ਇਹ ਆ ਵੀ ਕਈ ਵਾਰੀ ਗੜਬੀ ਜਿਹੜੀ ਆ ਉਹ ਉਹਨਾਂ ਲੋਕਾਂ ਦੇ ਕੰਮ ਆ ਜਾਂਦੀ ਹੈ ਜਿਹੜੇ ਪਿਆਸ ਨਾਲ ਮਰੇ ਪਏ ਨੇ ਦਰਿਆ ਵੱਲ ਝਾਕ ਨਹੀਂ ਸਕਦੇ ਉਹਨਾਂ ਦੇ ਬਹੁਤ ਕੰਮ ਆਉਂਦੀ ਹੈ ਔਰ ਵਾਕਈ ਬਾਬਾ ਜੀ ਦੀ ਕਿਰਪਾ ਟਾਣਾ ਸਾਹਿਬ ਬਹੁਤ ਖੂਬ ਬਹੁਤ ਖੂਬ ਜੇਕਰ ਸੱਚ ਇਦਾਂ ਹੋਵੇ ਤਾਂ ਮੇਰਾ ਖਿਆਲ ਆ ਵੀ ਕਮਾਲ ਹੀ ਹੋ ਜਾਈ। ਹਲੇ ਵੀ ਸੱਚੀ-ਮੁੱੱਚੀ ਰਹੇਗਾ ਤਾਂ ਲੋ ਘੰਟੇ ਦਾ ਸਮਝਾਈਏ ਨਾ ਨਾ। ਬਿਲਕੁਲ ਬਿਲਕੁਲ। ਅਸਲ ਵਿੱਚ ਮੈਂ ਇਹ ਚਾਹੂੰਗਾ ਵੀ ਭਾਈ ਕੋਈ ਤੁਸੀਂ ਨਾ ਇੱਕ ਦੋ ਕਹਾਣੀਆਂ ਇਹੋ ਜੀਆਂ ਪੇਸ਼ ਕਰ ਦਿਓ ਵੀ ਇੱਕ ਫਲਾਣੀ ਥਾਂ ਦਾ ਨੌਜਵਾਨ ਫਲਾਣੀ ਥਾਂ ਦੀ ਕੁੜੀ ਉਹ ਐਸ ਨਸ਼ੇ ਦਾ ਝੰਬਿਆ ਪਿਆ ਸੀ ਇੰਨੀ ਦੇਰ ਤੋਂ ਤੁਹਾਡੇ ਕੋਲੋਂ ਦਵਾਈ ਲਈ ਉਹ ਤੰਦਰੁਸਤ ਹੋ ਗਿਆ। ਯਕੀਨ ਨਹੀਂ ਤਾਂ ਜਾ ਕੇ ਪੁੱਛ ਲੋ ਕਿ ਇਹੋ ਜੀਆਂ ਕਹਾਣੀਆਂ ਦੱਸੋ। ਬਿਲਕੁਲ ਇਹ ਬਿਹਤਰ ਨਹੀਂ ਚੀਜ਼ ਹੋਰ ਦੱਸਦਾ ਅਸੀਂ ਜੱਗਰ ਬਹੁਤ ਘੱਟ ਕਰਦੇ ਆਂ ਲੋਕਾਂ ਨੂੰ ਲੋਕ ਵੀ ਕਹਿ ਦਿੰਦੇ ਨੇ ਪਹਿਲੇ ਦਿਨ ਆਕੇ ਤਾਂ ਜ਼ਰੂਰ ਕਹਿਣਗੇ ਸੌਪਰਦੇ ਦੀਆਂ ਗੱਲਾਂ ਪਹਿਲੇ ਦਿਨ ਆਕੇ ਕਹਿਣਗੇ ਵੀ ਗੋਲਸਾਹ ਸਾਡਾ ਮੁੰਡਾ ਠੀਕ ਹੋ ਗਿਆ ਨਾ ਸਾਨੂੰ ਜਿਹੜੇ ਮਰਜ਼ੀ ਟੈਲੀਵਿਜ਼ਨ ਤੇ ਬਿਠਾ ਲਿਓ ਅਸੀਂ ਖੁਦ ਕਹਾਂਗੇ ਆਕੇ ਜਦੋਂ ਮੁੰਡਾ ਠੀਕ ਹੋ ਜਾਂਦਾ ਫਿਰ ਉਹਨਾਂ ਨੂੰ ਪਤਾ ਲੱਗਦਾ ਇੱਜ਼ਤ ਬਚ ਗਈ ਸਾਡੀ ਹੁਣ ਇੱਜ਼ਤ ਕਿਉਂ ਖਿਲਾਰਨੀ ਫਿਰ ਕਹਿੰਦੇ ਨਾ ਗੋਲਸਾਹ ਰੌਲਾ ਲਾ ਪਾਇਓ ਬਸ ਇਹਨੂੰ ਇਹ ਬਚ ਗਿਆ ਇਹਦਾ ਹੁਣ ਵਿਆਹ ਕਰ ਲੀਏ ਇਹ ਜੇ ਮੈਂ ਤੁਹਾਨੂੰ ਦੱਸਦਾ ਆਪਣੇ ਪਿੰਡ ਲੰਬੀ ਹੈ ਮਿਠੰਡੇ ਕੋਲੇ ਬਿਲਕੁਲ ਹੈਗਾ ਨਾ ਜੀ ਲੰ ਜੱਟਾਂ ਦਾ ਸਰਦਾਰਾਂ ਦਾ ਮੁੰਡਾ ਕੱਲਾ ਹੀ ਵਿਚਾਰਾ ਧੀ ਪੁੱਤਾਂ ਦਾ ਉਹ ਸਾਂਝੀਆਂ ਨਾਲ ਬਹਿ ਕੇ ਜਰਦਾ ਖਾਈ ਜਾਵੇ ਸਾਂਝੀਆਂ ਨਾਲ ਬਹਿ ਕੇ दारू ਪੀਂ ਜਾਵੇ ਸਰਦਾਰ ਦੀ ਐਨੀ ਟੌਰ ਸਰਦਾਰ ਮੇਰੇ ਡੇਲੀ ਤੇ ਨਾ ਚੜੇ ਆ ਕੇ ਦਵਾਈ ਲੈਣ ਆਇਆ ਵੀ ਕਹਿੰਦਾ ਤੇਰੇ ਕੋਲੇ ਗੋਇਲ ਇੰਨੇ ਲੋਕ ਬੈਠੇ ਨੇ ਸਾਰੇ ਮੈਨੂੰ ਜਾਣ ਦੇਣੇ ਤਕਰੀਬਨ ਜਿਹੜੇ ਮਰੀਜ਼ ਵੀ ਬੈਠੇ ਹੁੰਦੇ ਨੇ ਤੇ ਕਹਿੰਦਾ ਮੇਰੀ ਐਡੀ ਟੌਰ ਆ ਬਸ ਕਹਿੰਦਾ ਮੇਰਾ ਨਾਗ ਬਚਾ ਲੋ ਯਾਰ ਕਿਸੇ ਤਰ੍ਹਾਂ ਉਹ ਟਹਿਣਾ ਸਾਹਿਬ ਅਸੀਂ ਬਹੁਤ ਔਖਾ ਸੰਭਿਆ ਉਹਨਾਂ ਦੇ ਜਿਹੜੇ ਜਿਹੜੇ ਹੁੰਦੇ ਨੇ ਨਾ ਇਹਨਾਂ ਦੇ ਜਿਵੇਂ ਬਹੁਤ ਵੱਡੇ ਸਰਦਾਰ ਲੋਕ ਹੁੰਦੇ ਨੇ ਉਹਨਾਂ ਦਾ ਇੱਕ ਅੱਗੇ ਬੰਦਾ ਰੱਖਿਆ ਹੁੰਦਾ ਵੀ ਸਾਡੇ ਨਿਆਣਿਆਂ ਦਾ ਖਿਆਲ ਕੀ ਉਹ ਵੀ ਮਤਲਬ ਆਇਆ ਕਰੇ ਸੰਭਲ ਲਈ ਸਾਰਾ ਕੁਝ ਹੋਇਆ ਕਰੇ ਤਾਂ ਲੇਕਿਨ ਉਹਨੂੰ ਸਾਡਾ ਟਾਈਮ ਜ਼ਰੂਰ ਲੱਗਿਆ ਜਿਵੇਂ ਆਮ ਨਾਰਮਲ ਲੋਕਾਂ ਨੂੰ 2 ਮਹੀਨੇ ਲੱਗਦਾ ਹੈ ਉਹਨੂੰ 5-6 ਮਹੀਨੇ ਲੱਗੇ ਔਰ ਉਹਨੂੰ ਬਹੁਤ ਔਖਾ ਸਮਝਾਇਆ ਲੇਕਿਨ ਜਦੋਂ ਛੱਡ ਗਿਆ ਨਸ਼ਾ ਉਹ ਉਦੋਂ ਬਾਅਦ ਹੁਣ ਉਹ ਸਾਡਾ ਵਲੰਟੀਅਰ ਹੈ ਲੰਬੀ ਪਿੰਡ ਦੇ ਵਿੱਚ ਉਹਦੀ ਨਸ਼ੇ ਦੀ ਆਦਤ ਪਤਾ ਹੈ ਕੀ ਸੀਗੀ ਜੀ ਉਹ ਚਿੱਟਾ ਖਾਂਦਾ ਸੀ ਹਮ ਨਾਲ ਪਤਾ ਹੈ ਕੀ ਕਰਦਾ ਗੋਲੀਆਂ ਲੈਂਦਾ ਸੀ ਬਹੁਤ ਮਤਲਬ ਇੱਕ ਕੁਆਂਟੀਟੀ ਸੀ ਗੋਲੀਆਂ ਦੀ 100-200 ਗੋਲੀ ਦੇ ਕਰੀਬ ਕਹਿੰਦੇ ਖਾ ਜਾਂਦਾ ਉਹ ਤਾਂ ਉਹਨੂੰ ਛਡਾਨ ਦੇ ਵਿੱਚ ਸਾਡੇ ਵੈਦ ਜੀ ਦਾ ਇੰਨਾ ਜੋਰ ਲੱਗਿਆ ਤਾਂ ਲੇਕਿਨ ਇਹ ਜ਼ਰੂਰ ਸੀਗਾ ਉਹਨੇ ਵੀ ਮਤਲਬ ਪਹਿਲੇ ਹਫਤੇ ਤਾਂ ਬਹੁਤ ਫੜਫੜਾਇਆ ਹਫਤੇ ਬਾਅਦ ਉਹਨੂੰ ਸਮਝ ਆ ਗਈ ਵੀ ਇਹ ਦਵਾਈਆਂ ਮੈਨੂੰ ਕੱਢ ਲੈਣੀਆਂ ਨਸ਼ੇ ਚੋਂ ਫਿਰ ਉਹਨੇ ਵੀ ਸਾਡਾ ਬਹੁਤ ਸਾਥ ਦਿੱਤਾ ਔਰ ਉਹ ਮੁਸ਼ਕਲ ਨਾਲ ਮੇਰਾ ਖਿਆਲ ਹੈ ਵੀ 2-3 ਮਹੀਨੇ ਚ ਤਾਂ ਬਿਲਕੁਲ ਸੁਰਖਰੂ ਹੋ ਗਿਆ ਸੀ ਪਰ ਉਹਨੂੰ 5-6 ਮਹੀਨੇ ਦਵਾਈ ਖਵਾਈ ਉਸ ਤੋਂ ਬਾਅਦ ਉਹਦਾ ਸਾਰਾ ਸਿਸਟਮ ਠੀਕ ਹੋਇਆ ਫਿਰ ਉਹਦਾ ਵਿਆਹ ਹੋਇਆ ਹੁਣ ਸਣੇ ਵਾਈਫ ਬੱਚੇ ਸਭ ਆਉਂਦੇ ਰਹਿੰਦੇ ਨੇ ਬੜਾ ਵਧੀਆ ਲੱਗਦਾ ਜਦੋਂ ਕਦੇ ਚੰਡੀਗੜ੍ਹ ਆਉਂਦੇ ਨੇ ਆਏ ਆਉਂਦੇ ਨੇ ਜਿਵੇਂ ਕਿਤੇ ਗੁਰਦੁਆਰੇ ਜਾਂਦੇ ਹੁੰਦੇ ਨੇ ਗੋਲਸਾਹਿਬ ਨੂੰ ਮਿਲਣਾ ਤੇ ਉਹ ਆਪਣੇ ਬਲਕੇ ਵਾਈਫ ਨੂੰ ਬੱਚਿਆਂ ਨੂੰ ਦੱਸੂਗਾ ਮੈਂ ਕੁਝ ਹੋਰ ਹੀ ਦੀ ਹੈ ਨਾ ਤੇ ਇਦਾਂ ਦੀਆਂ ਗੱਲਾਂ ਔਰ ਇਸ ਤਰ੍ਹਾਂ ਹੀ ਨਾ ਇੱਕ ਲੜਕੀ ਸੀ ਹੂੰ ਉਹ ਲੜਕੀ ਨੇ ਮਤਲਬ ਕਿ ਚਿੱਟੇ ਦੇ ਵਿੱਚ ਆਪਣਾ ਜੀਵਨ ਖਰਾਬ ਕਰ ਲਿਆ ਸੀਗਾ ਉਹ ਚੰਡੀਗੜ੍ਹ ਦੀ ਸੀ ਚੰਡੀਗੜ੍ਹ ਚੋਂ ਦਾ ਪੀਜੀ ਸੀਗਾ ਮੈਂ ਸਟੋਰੀ ਕਈ ਵਾਰ ਦੱਸੀ ਹੈ ਕਿਉਂਕਿ ਮੈਂ ਬਹੁਤੀਆਂ ਸਟੋਰੀਆਂ ਜੱਗਰ ਨਹੀਂ ਕਰਦਾ ਇੱਕ ਇੱਕ ਸਟਰੋਂਗ ਸਟੋਰੀ ਹੈ ਵਿਲ ਦੀ ਇਹ ਕੀ ਆ ਕਿ ਉਹ ਲੜਕੀ ਜਿਹੜੀ ਸੀਗੀ ਉਹਦਾ ਪੀਜੀ ਸੀਗਾ ਆਪਣਾ ਕੁੜੀਆਂ ਦਾ ਬਹੁਤ ਵਧੀਆ ਚੱਲਦਾ ਸੀ ਕਹਿੰਦੀ ਵੀਰ ਜੀ ਮੇਰਾ ਤਾਂ ਐਸਾ ਚੱਲਦਾ ਸੀ ਵੀ ਮੈਂ ਜੇ 5000 ਦੇ ਸੈਂਡਲ ਲੈਣੇ ਆ ਮੈਂ ਲੈਣੇ ਹੁੰਦੇ ਸੀ ਮੈਂ ਜੇ ਜੈਕਟ ਪਾਉਣੀ ਆ 10000 ਦੀ ਮੈਂ ਪਾਉਣੀ ਹੁੰਦੀ ਸੀ ਮਤਲਬ ਗੱਡੀ ਜਿਹੜੀ ਪਸੰਦ ਦੀ ਮੈਂ ਲੈਣੀ ਹੁੰਦੀ ਸੀ ਕਹਿੰਦੀ ਮੇਰਾ ਕੰਮ ਐਸਾ ਸੀਗਾ ਔਰ ਹੈਗਾ ਵੀ ਸੀ ਕਹਿੰਦੀ ਫਿਰ ਉਹ ਕੁੜੀਆਂ ਨਾਲ ਵਧੀਆ ਪਿਆਰ ਮੁਹੱਬਤ ਹੁੰਦਾ ਗਿਆ ਉਹ ਕ ਦੀਦੀ ਇੱਕ ਇੱਕ ਪੀਜੀ ਹੋਰ ਬਣਾਓ ਵੀ ਮੁੰਡਿਆਂ ਦਾ ਵੀ ਮੇਰੇ ਭਰਾ ਵੀ ਪੜ੍ਹਦੇ ਨੇ ਕੋਈ ਕਹਿੰਦੀ ਮੇਰੇ ਚਾਚੇ ਦਾ ਮੁੰਡਾ ਪੜ੍ਹਦਾ ਮਤਲਬ ਇਦਾਂ ਕਰ ਕਰਾ ਕੇ ਉਹਨਾਂ ਨੇ ਇੱਕ ਪੀਜੀ ਬੁਆਇਸ ਦਾ ਕਰਾਏ ਤੇ ਲੈ ਕੇ ਕਹਿੰਦੀ ਅਸੀਂ ਕੋਠੀ ਬਣਾ ਲਿਆ ਇੱਕ ਤਾਪ ਦੀ ਕੋਠੀ ਸੀ ਕੋਈ ਕਰਾਏ ਤੇ ਲੈ ਲਈ ਜਦੋਂ ਮੇਰੇ ਕੋਲ ਆਈ ਜੀ ਦੋਏ ਤਾਂ ਕੋਠੀਆਂ ਖਤਮ ਤੀ ਉਹਦੀਆਂ ਆਪਦੀ ਵੀ ਵਿਕ ਚੁੱਕੀ ਸੀ ਤੇ ਉਹਨੇ ਉਦੋਂ ਮੈਨੂੰ ਸਟੋਰੀ ਦੱਸੀ ਕਹਿੰਦੀ ਵੀਰ ਜੀ ਅਸੀਂ ਨਾ ਜਦੋਂ ਮੁੰਡਿਆਂ ਦਾ ਹੋਸਟਲ ਬਣਾ ਲਿਆ ਇੱਕ ਦਿਨ ਉੱਤੋਂ ਧੂਆਂ ਜਾ ਨਿਕਲੇ ਮੈਨੂੰ ਕੰਪਲੇਂਟ ਵੀ ਆਈ ਗਵੰਡੀਆਂ ਦੀ ਕਹਿੰਦੀ ਮੈਂ ਉੱਪਰ ਜਾ ਚੜੀ ਤੇ ਜਾ ਕੇ ਕਿਹਾ ਵੀ ਵੀਰਾ ਕੀ ਕਰਦੇ ਹੋ ਤੁਸੀਂ ਕਹਿੰਦੇ ਨਹੀਂ ਭੈਣ ਕੁਛ ਨਹੀਂ ਆਇਆ ਧੂਆ ਜਾਂ ਲੰਘਿਆ ਕਹਿੰਦੀ ਜਦੋਂ ਮੈਂ ਥੱਲੇ ਆਈ ਮੈਨੂੰ ਧੂਏ ਜਨੇ ਸਰੂਰ ਦਿੱਤਾ ਹੂੰ ਦੂਜੇ ਤੀਜੇ ਦਿਨ ਮੈਂ ਫੇਰ ਦੇਖਿਆ ਧੂਆ ਕਹਿੰਦੀ ਮੈਂ ਫੇਰ ਗਈ ਫੇਰ ਕਹਿੰਦੀ ਉਹਨਾਂ ਨੇ ਕੁੰਡਾ ਹੀ ਖੋਲਤਾ ਵੀ ਆ ਤੂੰ ਦੇਖ ਲੈ ਕੁਛ ਨਹੀਂ ਹੈਗਾ ਕਹਿੰਦੀ ਜਦੋਂ ਅੰਦਰ ਗਈ ਤਾਂ ਧੂਆ ਚੰਗਾ ਤੜੇ ਚੜਾਇਆ ਸੀ ਉਹਨਾਂ ਨੇ ਉਹ ਮੈਨੂੰ ਚੜ ਗਿਆ ਕਹਿੰਦੀ ਮੈਂ ਉੱਥੇ ਹੀ ਮਧੋਸ਼ ਜੀ ਹੋ ਗਈ ਤੇ ਪਤਾ ਨਹੀਂ ਮੈਨੂੰ ਕੀ ਹੋਇਆ ਕੀ ਨਾ ਹੋਇਆ ਮੈਨੂੰ ਉਸ ਤੋਂ ਬਾਅਦ ਕੁਛ ਨਹੀਂ ਪਤਾ ਫਿਰ ਤਾਂ ਕਹਿੰਦੀ ਮੇਰਾ ਸੋਸ਼ਨ ਵੀ ਹੋਇਆ ਮੈਂ ਨਸ਼ੇ ਦੀ ਇੰਨੀ ਆਦੀ ਹੋ ਗਈ ਮੇਰੀ ਪਾਈ ਪਾਈ ਵੇਚ ਗਈ ਕਹਿੰਦੀ ਅੱਜ ਮੈਂ ਬਿਲਕੁਲ ਖਾਲੀ ਆ ਇੱਜ਼ਤ ਤੋਂ ਵੀ ਪੈਸੇ ਤੋਂ ਵੀ ਹਰ ਚੀਜ਼ ਤੋਂ ਵੀ ਕਿਸੇ ਲੋਟਸ ਬੰਦ ਨੂੰ ਤੁਸੀਂ ਬਚਾ ਸਕਦੇ ਹੋ ਬਚਾ ਲੋ ਇਸੇ ਦੌਰਾਨ ਮੇਰੇ ਫਾਦਰ ਦੀ ਕਹਿੰਦੀ ਡੈਥ ਹੋ ਗਈ ਟੈਨਸ਼ਨ ਦੇ ਨਾਲ ਵੀ ਮੇਰੀ ਧੀ ਨੂੰ ਕੀ ਹੋ ਗਿਆ ਤਾਂ ਕਹਿੰਦੀ ਉਹ ਉਹ ਕੁੜੀ ਨੂੰ ਜੀ ਅਸੀਂ 40 ਦਿਨ ਚ ਨਸ਼ਾ ਛਡਾਉਂਦੇ ਕੰਮ ਜਾਬ ਹੋਏ ਹਾਂ ਔਰ ਅੱਜ ਉਹ ਕੁੜੀ ਦੁਬਾਰਾ ਪੂਰੀ ਲੱਠ ਵਾਂਗੂ ਖੜੀ ਆ ਕਿਉਂਕਿ ਕਿਸੇ ਦਾ ਕੋਈ ਗੁਣ ਨਹੀਂ ਖੋ ਸਕਦਾ ਕਿਸੇ ਨੂੰ ਬਰਬਾਦ ਕਰ ਸਕਦਾ ਕੋਈ ਉਹਦੇ ਉਹਦੀ ਇਥੋਂ ਲਿਖੀ ਨਹੀਂ ਖੋ ਸਕਦਾ ਉਹਦਾ ਉੱਥੋਂ ਠੀਕ ਹੋਣਾ ਸੀਗਾ ਇਹ ਸਾਡੇ ਕੈਂਪ ਚ ਆਈ ਸੀ ਜੀ ਔਰ ਇਹ ਕੈਂਪਸ ਹੀ ਲਾਇਆ ਸੀ ਸਭ ਤੋਂ ਪਹਿਲਾ ਕੈਂਪ ਨਵੰਬਰ 2005 ਦੇ ਵਿੱਚ ਗੁਰਦੁਆਰਾ ਬਾਗ ਸ਼ਹੀਦਾਂ ਸੈਕਟਰ 44 ਦੇ ਵਿੱਚ ਸਥਿਤ ਉੱਥੇ ਪੂਰਾ ਰਿਕਾਰਡ ਹੈ ਇਸ ਚੀਜ਼ ਦਾ ਕਿ ਇਹ ਸਾਡਾ ਬੱਚਾ ਜਿਹੜਾ ਠੀਕ ਹੋਇਆ ਸੀਗਾ ਔਰ ਅੱਜ ਉਹ ਮਤਲਬ ਪੂਰਾ ਆਪਣੇ ਪੈਰਾਂ ਤੇ ਫੇਰ ਸਟੈਂਡ ਆ ਫੇਰ ਉਦਾਂ ਹੀ ਖੜਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਮੜ ਸੋਨੇ ਦਾ ਸ਼ੇਰ ਬਣੂਗਾ ਪੰਜਾਬ ਨਸ਼ਾ ਮੁਕਤ ਬਣੂਗਾ ਮੇਰਾ ਪੰਜਾਬ ਇਹ ਨਾਰਾ ਮੈਂ ਹਮੇਸ਼ਾ ਜ ਪੂਰੀ ਜਿੱਦ ਨਾਲ ਬੋਲਦਾ ਹੁੰਦਾ ਹੁਣ ਨਾ ਕਈ ਮੁੰਡਿਆਂ ਨੂੰ ਤਾਂ ਇਸ ਨਾਰੇ ਨਾਲ ਹੀ ਪਿਆਰ ਹੋ ਗਿਆ ਉਹ ਕਹਿੰਦੇ ਨੇ ਗੁਰਸੱਭ ਨੂੰ ਸੋਨੇ ਦਾ ਸ਼ੇਰ ਤਾਂ ਹੁਣ ਬਣਾਵਾਂਗੇ ਤਾਂ ਇਸ ਕਰਕੇ ਇਦਾਂ ਦੀਆਂ ਬਹੁਤ ਸਟੋਰੀਆਂ ਨੇ ਟੱਣਾ ਸਰ ਇੰਡੀਆ ਤੋਂ ਬਾਹਰ ਵੀ ਯੂਕੇ ਦੇ ਵਿੱਚ ਲੰਡਨ ਦੇ ਵਿੱਚ ਇੱਕ ਫੈਮਿਲੀ ਆਈ ਸੀ ਯੂ ਐਸ ਤੋਂ ਉਹ ਮੇਰੇ ਲਈ ਇੱਕ ਫੋਟੋ ਲੈ ਕੇ ਆਈ ਮੈਂ ਉਹ ਫੋਟੋ ਆਪਣੇ ਬਾਹਰ ਲਾਈ ਹੋਈ ਆ ਬਾਬਾ ਜੀ ਦੀ ਫੋਟੋ ਗੁਰੂ ਗੋਬਿੰਦ ਸਿੰਘ ਜੀ ਦੀ ਪਤਾ ਨਹੀਂ ਕੀ ਭਾਵ ਲੈ ਕੇ ਆਏ ਕਹਿੰਦੇ ਸਰ ਅੱਜ 2 ਸਾਲ ਹੋ ਗਏ ਸਾਡੇ ਮੁੰਡੇ ਨੇ ਮੁੜ ਕੇ ਨਸ਼ੇ ਨੂੰ ਹੱਤ ਨਹੀਂ ਲਾਇਆ ਅਸੀਂ 2 ਸਾਲ ਵੇਟ ਕੀਤੀ ਤੁਹਾਨੂੰ ਫੋਟੋ ਦੇਣ ਦੀ ਵੀ ਕਿਤੇ ਵਿੱਚ ਦੀ ਲੱਗ ਨਾ ਜਾਵੇ ਕਹਿੰਦੇ ਉਹ ਲੱਗਿਆ ਨਹੀਂ ਜੀ ਅੱਜ ਅਸੀਂ ਸੋਚ ਕੇ ਆਏ ਵੀ ਤੁਹਾਨੂੰ ਇੱਜ਼ਤ ਮਾਨ ਦੇ ਕੇ ਆਈਏ ਔਰ ਉਹ ਫੋਟੋ ਮੇਰੇ ਉੱਤੇ ਦਫ਼ਤਰ ਚ ਲਾਈ ਹੋਈ ਆ ਵਿਦ ਐਡਰੈਸ ਵਿਦ ਨੰਬਰ ਕੋਈ ਵੀ ਉਹਨਾਂ ਨਾਲ ਗੱਲ ਕਰਦੇ ਨੇ ਮੇਰੇ ਕੋਲੇ ਕੋਈ ਆਵੇ ਜੀ ਤਵੇ ਜੀ ਕੇ ਭਾਈ ਸਾਡਾ ਧੀ ਪੋਤਾ ਜਿਹੜਾ ਉਹ ਨਸ਼ੇ ਦਾ ਆਦੀ ਆ ਜੀ ਤੇ ਤੁਸੀਂ ਇੰਟਰਵਿਊ ਕੀਤੀ ਸੀ ਡਾਕਟਰ ਗੋਇਲ ਸਾਹਿਬ ਦੀ ਹਮ ਤੇ ਉਹਨਾਂ ਦੇ ਕੋਲੇ ਭੇਜ ਕੇ ਨਸ਼ਾ ਛਡਵਾ ਕੇ ਤਾਂ ਦਿਖਾਓ ਬਿਲਕੁਲ ਤੇ ਮੈਂ ਦਾਵਾ ਕਰਦਿਆਂ ਵੀ ਭਾਈ ਛੱਡ ਲਓ ਮੈਗਨੇਟਾਈ ਪੱਥਰ ਤੇ ਲਕੀਰ ਖਿੱਚਦੇ ਹੋ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਨਸ਼ਾ ਛੁੱਟੂਗਾ ਔਰ ਤੁਸੀਂ 4 ਦਿਨ ਦੀ ਦਵਾਈ ਉਹਨਾਂ ਨੂੰ ਕਹਦੇ ਹੋ ਖਾ ਲਿਓ 5ਵੇਂ ਦਿਨ ਕਹ ਫਿਰ ਟਣੇ ਦੀ ਗਾਰੰਟੀ ਦੀ ਲੋੜ ਨਹੀਂ ਤੁਸੀਂ ਆਪੇ ਰੌਲਾ ਪਾਉਂਦੇ ਫਿਰੋਗੇ ਵੀ ਇੱਥੇ ਹੀ ਚੱਲਣਾ ਇੱਥੇ ਹੀ ਜਾਣਾ ਇੱਕ ਮਤਲਬ ਬਹੁਤ ਵੱਡੀ ਆਪਣਾ ਨੰਬਰ ਦੇ ਦਿਓ ਵੀ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਉਹ ਕਿਹੜੀ ਥਾਂ ਟਿਕਾਣਾ ਨਗਰ ਖੇੜਾ ਕਿੱਥੇ ਪਹੁੰਚੇ ਕਿੱਥੇ ਟੱਲੀ ਕਿੱਥੇ ਮਾਰੇ ਹਾਂ ਜੇ ਕਦੇ ਵੀ ਤੁਸੀਂ ਆਉਣਾ ਹੋਵੇ ਤਾਂ ਮੇਰਾ ਸੈਕਟਰ 44 ਦੇ ਵਿੱਚ ਚੰਡੀਗੜ੍ਹ ਚ 372 ਨੰਬਰ ਸ਼ੋਅਰੂਮ ਹੈ ਔਰ ਸੈਕਟਰ 44 ਡੀ ਡੀ ਦਾ ਭੁੱਲਿਓ ਕਈ ਵਾਰ ਡੀ ਤੋਂ ਗਲਤੀ ਲੱਗ ਜਾਂਦੀ ਹੈ ਬਲਾਕ ਐ ਐਸ ਸੀਓ 372 ਸੈਕਟਰ 44 ਡੀ ਚੰਡੀਗੜ੍ਹ ਸੋਮਵਾਰ ਮੰਗਲਵਾਰ ਬੁੱਧਵਾਰ ਮੈਂ ਖੁਦ ਬੈਠਦਾ ਆਪਣੇ ਸਾਰੇ ਵੈਦਾਂ ਦੇ ਨਾਲ ਜੇ ਮੈਨੂੰ ਤੁਸੀਂ ਮਿਲਣਾ ਹੁੰਦਾ ਕਿਉਂਕਿ ਹਰੇਕ ਦੀ ਇੱਛਾ ਹੁੰਦੀ ਹੈ ਗੁਲਸਾਹਬ ਨੂੰ ਮਿਲਣੀ ਹੈ ਤੇ ਇੱਕ ਮੈਂ ਫ੍ਰਾਈਡੇ ਨੂੰ ਬੈਠਦਾ ਤੇ ਇਹ ਚਾਰ ਦਿਨ ਮੇਰੀ ਸੈਟਿੰਗ ਹੁੰਦੀ ਹੈ ਬਾਕੀ ਕਲੀਨਿਕ ਡੇਲੀ ਖੁੱਲਾ ਹੁੰਦਾ ਸਾਡੇ ਵੈਦ ਡੇਲੀ ਕੰਮ ਕਰਦੇ ਨੇ ਮੇਰੀ ਵੱਡੀ ਬੇਟੀ ਖੁਦ ਡਾਕਟਰ ਹੈ ਬੀਏਐਮਐਸ ਆਯੁਰਵੇਦ ਆਚਾਰੀਆ ਉਹ ਵੀ ਬੈਠਦੀ ਹੈ ਤੇ ਸਾਡੇ ਡਾਕਟਰ ਅਨਿਲ ਕੁਮਾਰ ਜੀ ਵੀ ਉੱਥੇ ਮਿਲਦੇ ਨੇ ਜਿਹੜੇ ਸਾਡੇ ਗੁਰੂ ਨੇ ਤੇ ਜਿਹੜਾ ਟੈਲੀਫੋਨ ਨੰਬਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਹਾਡੀ ਸਕਰੀਨ ਤੇ ਵੀ ਨੋਟ ਕਰ ਲਿਓ ਲੇਕਿਨ ਮੈਂ ਤੁਹਾਨੂੰ ਇੱਕ ਨੰਬਰ ਦੰਨਾ 99 150 99575 ਇਹ ਮੇਰਾ ਪਰਸਨਲ ਨੰਬਰ ਹੈ ਬਸ ਮੇਰੀ ਹੱਥ ਜੋੜ ਇੱਕ ਬੇਨਤੀ ਆ ਵੀ ਇਹਦੇ ਤੇ ਰੇਡ ਨਾ ਪਾਇਆ ਕਰੋ ਨੰਬਰ ਤੇ ਬਾਰ 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 ਫੋਨ ਕਰਕੇ WhatsApp ਲੋ ਇਹਨੂੰ ਨੋਟ ਕਰ ਲਓ WhatsApp ਤੇ ਵਾਇਸ ਮੈਸੇਜ ਪਾ ਦਿਓ ਵੀ ਮੈਂ ਫਲਾਣਾ ਪਿੰਡ ਮੇਰਾ ਫਲਾਣਾ ਆਹ ਪ੍ਰੋਬਲਮ ਤੋਂ ਗਰਸਤਾ ਤੁਹਾਨੂੰ ਵੱਧ ਤੋਂ ਵੱਧ 24 ਘੰਟੇ ਚ ਨਹੀਂ ਤਾਂ 72 ਘੰਟੇ ਦੇ ਵਿੱਚ ਵਿੱਚ ਮੇਰੀ ਟੱਚਿੰਗ ਜਰੂਰ ਆਊਗੀ ਕਿਉਂਕਿ ਟੈਲੀਫੋਨ ਇੱਕ ਦਿਨ ਦੇ ਟੈਣਾ ਸਾਬ 7-8000 ਤੋਂ ਉੱਪਰ ਹੋ ਜਾਂਦੇ ਨੇ ਐਨੇ ਤਾਂ ਸੁਣ ਵੀ ਨਹੀਂ ਸਕਦੇ ਘਰ ਵੀ ਨਹੀਂ ਸਕਦੇ ਪਰ ਇਹ ਜ਼ਰੂਰ ਆ ਕਿ ਰਿਪਲਾਈ ਵੀ ਖੁਦ ਦੰਨਾ ਮੇਰੀ ਆਵਾਜ਼ ਚ ਲੋਕਾਂ ਨੂੰ ਬਲ ਜਾਂਦੀ ਹੈ ਔਰ ਟਾਈਮ ਜ਼ਰੂਰ ਲੱਗਦਾ ਇਹ ਵਿੱਚ ਕੋਈ ਡਾਟ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਜੀ ਸਰ ਤੇ ਤੁਸੀਂ ਨਸ਼ਾ ਛਡਾਉਣ ਦੀਆਂ ਜੁਗਤਾਂ ਦੱਸੀਆਂ ਜੀ ਤੁਹਾਡਾ ਧੰਨਵਾਦ ਮੈਂ ਇਸ ਕਰਕੇ ਕਰਦਾ ਦੇਖੋ ਬਾਕੀ ਤਾਂ ਜਦੋਂ ਕੋਈ ਮੇਰਾ ਸੱਜਣ ਸੁਹੇਲੜਾ ਆਇਆ ਤੇ ਮੈਂ ਤੁਹਾਡੇ ਕੋਲੇ ਭੇਜਿਆ ਤੇ ਉਹਨੇ ਮੈਨੂੰ ਕਿਹਾ ਵੀ ਯਾਰ ਮੈਂ ਤਾਂ ਹੁਣ ਟਣਾ ਟਣਾ ਮੈਂ ਫੇਰ ਕਹੂੰਗਾ ਇੱਥੇ ਬੈਠ ਕੇ ਇੱਕ ਵਾਰੀ ਵੇ ਭਾਈ ਗੱਲ ਉਵੇਂ ਹੀ ਹੋਈ ਜਿਵੇਂ ਕਿ ਕਹਿ ਦਿੱਤੀ ਗਈ। ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ ਬਿਲਕੁਲ। ਜੀ ਟੈਣਾ ਸਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਤੁਸੀਂ ਬੜੇ ਤਿੱਖੇ ਸਵਾਲ ਕੀਤੇ ਅੱਜ ਔਰ ਮੈਨੂੰ ਉਮੀਦ ਹੈ ਕਿ ਮੈਨੂੰ ਇਦਾਂ ਦੇ ਪੱਤਰਕਾਰ ਮਿਲਣੇ ਚਾਹੀਦੇ ਆ ਜਿਹੜੇ ਲੋਕਾਂ ਨੂੰ ਸੱਚ ਪਹੁੰਚਾਉਂਦੇ ਆ। ਬਹੁਤ ਮਿਹਰਬਾਨੀ ਮਿਹਰਬਾਨੀ। ਸੱਚੀ। ਤਾਂ ਦੋਸਤੋ ਇਹ ਹਨ ਡਾਕਟਰ ਸੁਭਾਸ਼ ਗੋਇਲ ਜੀ ਜਿਨ੍ਹਾਂ ਨੇ ਕਿ ਦੱਸਿਆ ਵੀ ਨਸ਼ੇ ਤੋਂ ਅਸੀਂ ਕਿਵੇਂ ਮੁਕਤਰਾ ਦਨੇ ਆ। ਮੇਰੀ ਇੱਕ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਜਾਣਾ ਆਪਦੀ ਪੜਤਾਲ ਕਰਕੇ ਆਪਦਾ ਪੂਰਾ ਭਰੋਸਾ ਬਣ ਤੇ ਬਾਕੀ ਇਹ ਕਿ ਨਸ਼ਾ ਜ਼ਰੂਰ ਛੱਡੋ ਨਸ਼ਾ ਹਰ ਕੋਈ ਛੱਡੇ ਨਸ਼ਾ ਕੋਈ ਵੀ ਆ ਉਹ ਬਹੁਤ ਮਾੜਾ ਤੇ ਅਸੀਂ ਨਾਮ ਖੁਮਾਰੀ ਨਾਨਕਾ ਵਾਲੇ ਲੋਕ ਆ ਅਸੀਂ ਨਸ਼ੇ ਵਾਲੇ ਲੋਕ ਨਹੀਂ ਜੇ ਨਾਮ ਦੀ ਖੁਮਾਰੀ ਦੇ ਵਿੱਚ ਯਕੀਨ ਰੱਖਦੇ ਹੋ ਫਿਰ ਨਸ਼ੇ ਦੇ ਉੱਤੇ ਯਕੀਨ ਨਾ ਕਰੋ ਤੇ ਆਪੋ ਆਪਣੀ ਜ਼ਿੰਮੇਵਾਰੀ ਲੱਗੇ ਕੋਈ ਸਰਕਾਰ ਕੋਈ ਪੁਲਿਸ ਜਾਂ ਕੋਈ ਵੀ ਹੋਰ ਤੁਹਾਡੀ ਗਰੰਟੀ ਨਹੀਂ ਲੈ ਸਕਦਾ ਆਪਣੀ ਗਰੰਟੀ ਆਪ ਲੱਗੇ ਆਪਣੀ ਬੁੱਢੀ ਮਾਂ ਦੀ ਗਰੰਟੀ ਆਪ ਲੱਗੇ ਆਪਣੇ ਬਾਪ ਦੀ ਗਰੰਟੀ ਆਪ ਲੱਗੇ ਆਪਣੇ ਭੈਣ ਦੇ ਵਿਆਹ ਦੀ ਗਰੰਟੀ ਆਪ ਲੱਗੇ ਸੱਚੇ ਕੋਠੇ ਨੂੰ ਪੱਕਾ ਕਰਨ ਦੀ ਗਾਰੰਟੀ ਆਪ ਲੱਗਿਆ ਕਰਜ਼ੇ ਦੇ ਵਿੱਚੋਂ ਬਾਹਰ ਨਿਕਲਣ ਦੀ ਗਾਰੰਟੀ ਆਪ ਲੱਗੇ ਭਵਿੱਖ ਸੁਵਾਰਨ ਦੀ ਗਾਰੰਟੀ ਆਪ ਲੱਗਿਆ ਕੱਲਾ ਕੱਲਾ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵੇ ਹੁਣ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ